ਸਾਜ ਕੇ ਸਾਰੇ ਗੱਲ ਚਾ ਸਵਾਗਤ ਹੈ ਗੱਲਾਂ ਬਾਤਾਂ ਦੇ ਰੋਮਾਂਚਕ ਮਿਆਂਕੂ ਹਮਾਨੀ ਅਮਨ ਜਾ ਸਾਰਿਆਂ ਦੇ ਸਿਰ ਦਾ ਵਾਚ ਸਵਾਗਤ ਹੈ ਹਮਈ ਹਮਾਨੀ ਤੇ ਮਿਆਂਕ ਤਾਂ ਵਲੌਗ ਪਾਉਂਦੇ ਨਹੀਂ ਪਤਾ ਨਹੀਂ ਕੀ ਚੱਕਰ ਪਿਆ ਹਨਾ ਤੇ ਅਮਨ ਜਾ ਸਾਰੇ ਵਲੌਗ ਪਾਈ ਜਾਂਦੇ ਆ ਮੰਮੀ ਜੀ ਆਏ ਆ ਬਿਜ਼ੀ ਹੋ ਗਏ ਆ ਕਿ ਵਲੌਗ ਬਣਾਉਣ ਦਾ ਟਾਈਮ ਨਹੀਂ ਮਿਲਿਆ ਜਾਂ ਫਿਰ ਮੰਮੀ ਨੇ ਵਾਲ ਸੈੱਟ ਕਰਾ ਲਏ ਹਮਾਨੀ ਕਹਿੰਦੀ ਮੇਰੇ ਵੀ ਕਰਾਉਣੇ ਤਾਂ ਮੈਂ ਵਲੌਗ ਨਹੀਂ ਬਣਾਉਣੇ ਪਤਾ ਨਹੀਂ ਕੀ ਚੱਕਰ ਆਓ ਚੱਲੀਏ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ ਜਨਤਾ ਡਿਮਾਂਡ ਹੀ ਬੜੀ ਰੱਖ ਲੈਂਦੀ ਹੈ ਇੱਕਦਮ ਮਿਆਂਕ ਮਾਨੀ ਦਿਖਾਓ ਹੁਣ ਲੋਕਾਂ ਨੇ ਆਖਣਾ ਤਾਂ ਚਿਪਸ ਖਾਈ ਜਾਂਦਾ ਉਹ ਭਰਾਵਾ ਮੈਂ ਡਾਕਟਰ ਨਹੀਂ ਕਿ ਸਾਰੀਆਂ ਚੀਜ਼ਾਂ ਅਵੋਇਡ ਕਰਦਾ ਕਦੇ ਕਦੇ ਖਾ ਲਿਆ ਕਰੋ ਮਹੀਨੇ ਚੱਕਰ ਦੀ ਹਰੀ ਆ ਦਿਸ ਇਜ਼ ਨੋਟ ਇੰਪੋਰਟੈਂਟ ਪਹਿਲਾਂ ਰੋਮਾਂਚਿਕ ਕਰੀ ਫਿਰ ਖਾਵਾਂਗੇ ਮਿਆਂਕ ਨੇ ਮੋਮ ਪਹਿਲੀ ਵਾਰ ਆਏ ਸਾਡੇ ਘਰ ਫੁੱਲ ਐਂਟਰਟੇਨਮੈਂਟ ਅਮਨ ਜੈਸ ਵਲਾਗਸ ਵਲਾਗਸ ਚੱਲ ਸ਼ੁਰੂ ਕਰੀਏ ਤਾਂ ਵਲੋਗ ਹੀ ਬੜਾ ਵੱਡਾ ਪਤਾ ਸਾਰਾ ਰੋਮਾਂਚਿਕ ਕਰੂੰਗਾ ਮੈਂ ਤਾਂ ਫਿਰ ਕੰਮ ਰੋਂਗ ਹੋ ਜੂਗਾ 36 ਮਿੰਟ ਦਾ ਵਲੋਗ ਹੈ ਤੇ ਰੋਮਾਂਚਿਕ ਆਊਗਾ 40-50 ਮਿੰਟ ਦਾ ਓਏ ਭਰਾਵਾ ਐਡਾ ਵੱਡਾ ਰੋਮਾਂਚਿਕ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਆਵਰ YouTube ਚੈਨਲ ਜਿਹਦਾ ਨਾਮ ਹੈ ਅਮਨ ਜਸ ਵਲੌਗਸ ਓਏ ਤੁਸੀਂ ਆਏ ਕੋ ਦੱਸਦੇ ਅਮਨ ਜਸ ਅਸੀਂ ਕੀ ਭੁੱਲ ਚੱਲੇ ਆ ਸਾਨੂੰ ਕੋਈ ਯਾਦ ਨਹੀਂ ਪਤਾ ਕੁੜੀ ਦਾ ਨਾਮ ਅਮਨ ਠੀਕ ਅਮਨ ਜਸ ਰਿਲੈਕਸ ਇਹ ਵੀ ਨਾ ਵੈਸੇ ਇਹਨਾਂ ਨੇ ਕੰਮ ਜ਼ਿਆਦਾ ਖਿੱਚ ਲਿਆ ਮਿਆਂਕੀ ਦਾ ਵਿਚਾਰੇ ਦਾ ਮੰਦਾ ਪਿਆ ਖੜਾ ਇਹ ਰੋਜ਼ ਹੀ ਵਲੌਗ ਪਾ ਦਿੰਦੇ ਆ ਮਿਆਂਕ ਜਿੱਦਾਂ ਦੀ ਮੰਮੀ ਆਈ ਵਲੌਗ ਪਾਇਆ ਨਵੇਂ ਵਲੌਗ ਦੇ ਨਾਲ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਅੱਜ ਲੈ ਕੇ ਨਵੇਂ ਵਲੌਗ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਕਿੱਥੇ ਪੜ ਕੇ ਆਏ ਹੋ ਹਾਂਜੀ ਯੈਸ ਯੇ ਓ ਪਤਾ ਨਹੀਂ ਕੀ ਕਰੀ ਜਾਣਗੇ ਇਹ ਆਡੀ 뮤직 ਡਾਇਰੈਕਟਰ ਬਣੇ ਹੋਏ ਆ ਪ੍ਰੋਫੈਸ਼ਨਲ ਡਾਇਰੈਕਟਰ ਇਹ ਤੁਹਾਡੀ ਬਹੁਤ ਹੀ ਕੈਂਟ ਤੇ ਐਂਟਰਟੇਨਮੈਂਟ ਵਾਲਾ ਵਲੌਗ ਹਾਂਜੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕੀ ਕਰੋਗੇ ਗਿੱਧਾ ਪਾਓਗੇ ਜਿਵੇਂ ਆਪਣੇ ਸਕੂਲ 'ਚ ਨਹੀਂ ਹੁੰਦਾ ਫੰਕਸ਼ਨ ਹੁੰਦਾ ਸੀਗਾ ਇੱਕ ਸਟੇਜ 'ਤੇ ਕੁੜੀ ਖੜਾਈ ਹੁੰਦੀ ਸੀ ਨਾਲੇ ਖੜੀ ਹੁੰਦੀ ਸੀ ਇੱਕ ਸ਼ੇਰ ਉਹ ਪੜਦੀ ਸੀ ਇੱਕ ਸ਼ੇਰ ਉਹ ਪੜਦੀ ਸੀ ਆਂਖੋਂ ਕੋ ਬੋਲਾ ਫੂਲ ਸੇ ਕਿਆ ਕਹਤੇ ਹੋ ਆਂਖੋਂ ਕੋ ਬੋਲਾ ਫੂਲ ਸੇ ਕਿਆ ਕਹਤੇ ਹੋ ਇੱਧਰ ਵੀ ਆਓ ਕਹਾਂ ਰਹਤੇ ਹੋ ਉਹ ਆਈ ਬਣ ਜਾਂਦੀਆਂ ਉਹ ਵੀ ਅੱਗੋਂ ਪੜਨ ਲੱਗ ਜਾਂਦੀ ਸੀ ਤੁਮਨੇ ਕਿਆ ਕਹਾ ਕਹਾਂ ਜਾਊਂਗੀ ਰੁਕੋ ਮੁਸਕਾ ਰਹੀ ਹੈ ਨਹਾ ਕੇ ਆਊਂਗੀ ਉਹ ਹਿਸਾਬ ਆ ਵੀ ਦੋ ਲੈਣੇ ਇਹਨੇ ਬੋਲਣੀਆਂ ਤੇ ਦੋ ਉਹਨੇ ਬੋਲਣੀਆਂ ਦੱਸ ਮਾਇਆ ਸੋ ਆਪਾਂ ਵੈਸੇ ਉਹਨਾਂ ਨੂੰ ਮਿਲੇ ਆ ਪਰ ਆਪਾਂ ਪਹਿਲਾਂ ਉਹਨਾਂ ਦੇ ਨਾਲ ਵਲੌਗ ਨਹੀਂ ਬਣਾਇਆ ਸੋ ਅੱਜ ਸਾਡਾ ਸਾਰਿਆਂ ਦਾ ਪਲਾਨ ਬਣ ਗਿਆ ਵੀ ਆਪਾਂ ਸਾਰੇ ਜਣੇ ਇਕੱਠੇ ਡਿਨਰ ਕਰਦੇ ਆ ਸੋ ਅੱਜ ਰਾਤ ਨੂੰ ਉਹਨਾਂ ਨੇ ਆਣਾ ਆ ਸਾਡੇ ਘਰੇ ਤੇ ਆਪਾਂ ਕਰਦੇ ਪਏ ਆ ਡਿਨਰ ਦੀ ਤਿਆਰੀ ਤੇ ਕਹਿੰਦੇ ਅੱਜ ਡਿਨਰ ਬਣਾਉਣੇ ਫਿਰ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਵੇਖ ਲਓ ਸਵੇਰ ਦਾ ਕੁਛ ਨਹੀਂ ਕੀਤਾ ਸ਼ਾਮ ਨੂੰ 5 ਵਜੇ ਵਲੌਗ ਸ਼ੁਰੂ ਹੋਇਆ ਇਹਨਾਂ ਦੇ 5 ਵਜੇ ਵੇਲੇ 5:10 ਹੋਇਆ ਪਿੱਛੇ 5 ਵਜੇ ਤੋਂ ਲੈ ਕੇ ਹੱਦ 11-12 ਇੱਕ ਵਲੌਗ ਖਤਮ ਆਹੀ ਤਾਂ ਜ਼ਿੰਦਗੀ ਹੈ ਸਾਡੀ ਯਾਰ ਵਲੌਗਰਾਂ ਨੇ ਨਾ ਵਲੌਗ ਨੂੰ ਹੋਰ ਹੀ ਪਾਸੇ ਲੈ ਗਏ ਆ ਪਹਿਲਾਂ ਹੁੰਦਾ ਸੀ ਬੰਦਾ ਸ਼ੁਰੂ ਤੋਂ ਸਵੇਰ ਤਾਂ ਹੀ ਉੱਠਦਾ ਕਿਹੜੇ ਕਿਹੜੇ ਕੰਮ ਕਰਨੇ ਜੱਟ ਪ੍ਰਭ ਜੋਤ ਪਾਉਂਦਾ ਵਲੌਗ ਵੀ ਰਾਮਗੜੀਆ ਲਾ ਲਓ ਚਾਹੇ ਉਹ ਖਾਣ ਪੀਣ ਦੇ ਵਲੌਗ ਪਾ ਦਿਓ ਕੁਛ ਵੀ ਪਾਉਂਦਾ ਮਤਲਬ ਉਹ ਸਕੈਜੂਲ ਜਿਹਾ ਵਿਖਾਉਂਦਾ ਪੂਰਾ ਵੀ ਆਏ ਸਵੇਰੇ ਨਿਕਲੇ ਸ਼ਾਮ ਨੂੰ ਘਰੇ ਵੜੇ ਇਹ ਘਰੇ ਵੈ ਕਿ 5:10 ਹੋਏ ਲਾ ਭੁਲ ਕੇ ਲਾ ਖਵਾ ਪਰੌਂਠੇ ਚਲੋ ਡਨ ਗੁਰਲਾਲ ਬਾਬਾ ਤਾਂ ਵਨ ਟੇਕ ਹੀ ਸ਼ੂਟ ਕਰ ਦਿੰਦਾ ਉਹਨੇ ਤਾਂ ਟ੍ਰੈਂਡ ਹੀ ਨਵਾਂ ਸੈੱਟ ਕਰਤਾ ਚਲੋ ਦਬਾ ਦਾਂਗੇ ਟਿੰਗ ਕਰ ਦਾਂਗੇ ਹੁਣ ਤੁਸੀਂ ਵੀ ਨਾ ਗੁੱਸਾ ਨਾ ਕਰ ਜਿਓ ਫਿਰ ਟਿੰਗ ਤਾਂ ਹੁੰਦੀ ਰਹੂਗੀ ਹੀ ਕਿਉਂਕਿ ਮੈਂ ਹਮੇਸ਼ਾ ਕਹਾਣੀ ਆਪਦੇ ਵਲੌਗਾਂ 'ਚ ਘੱਟ ਤੁਹਾਡਿਆਂ 'ਚ ਜ਼ਿਆਦਾ ਮੈਂ ਕੋਈ ਨਾ ਉੱਥੇ ਜਾ ਕੇ ਫੜ ਲੈਂਦੇ ਹਾਂ ਕਿੱਡੀ ਗੱਲ ਵੈਸੇ ਕਮਾਲ ਦੀ ਗੱਲ ਆ ਕਈ ਮੈਨੂੰ ਆਖੀ ਕਹਿੰਦੇ ਬਾਈ ਜਿੱਦੇ ਤੇਰਾ ਰੋਸਟ ਆਇਆ ਮਿਆਂਕ ਨੇ ਉਦੋਂ ਬਾਅਦ ਵਲੌਗ ਹੀ ਨਹੀਂ ਪਾਇਆ ਚੰਗਾ ਵਿਚਾਰਾ ਬਲੇਟਿਆ ਗਿਆ ਨਹੀਂ ਯਾਰ ਮੈਂ ਤਾਂ ਕੀ ਬਲੇਟਰ ਮੈਂ ਨੋਰਮਲ ਪਾਇਆ ਸੀ ਹਾਲੇ ਵੀ ਮਾਂ ਦੇ ਪੁੱਤ ਨੇ ਵੀਡੀਓ ਨਹੀਂ ਚੱਕੀਆਂ ਨੇ ਵੇਖ ਲਾ ਮੈਂ ਰੋਸਟ ਕੀਤਾ ਤੁਹਾਨੂੰ ਪਤਾ ਵੈਸੇ ਰੋਸਟ ਮੇਰਾ ਫੈਮਿਲੀ ਸੀ ਇੱਕ ਹਿਸਾਬ ਦਾ ਕੋਈ ਗਲਤ ਤਾਂ ਹੈ ਨਹੀਂ ਜਾ ਕੇ ਤੁਸੀਂ ਮੇਰੇ ਰੋਸਟ ਚੈਨਲ 'ਤੇ ਵੇਖ ਸਕਦੇ ਹੋ ਪਰ ਸਿਰਫ ਮਿਆਂਕ ਦਾ ਰੋਸਟ ਬਾਕੀ ਨਹੀਂ ਹਾਂ ਚਲੋ ਹਾਂਜੀ ਅੱਜ ਕੀ ਬਣਾਉਣ ਲੱਗੇ ਹੋ ਮੈਂ ਤੈਨੂੰ ਨਹੀਂ ਪਤਾ ਵੀ ਆਲੂ ਕੱਟੀ ਜਾਂਦੀ ਹੈ ਅਤੇ ਕੋਲੇ ਕੀ ਪਿਆ ਟਮਾਟਰ ਪਏ ਆ ਅਤੇ ਵਿੱਚ ਪਾਊਗੀ ਅਤੇ ਆਲੂ ਦਾ ਹੀ ਕੁਛ ਬਣੂਗਾ ਹਾਂਜੀ ਅੱਜ ਕੀ ਬਣਾਉਣ ਲੱਗੇ ਹੋ ਹਾਂਜੀ ਓ ਅੱਛਾ ਮੈਂ ਕਿਹਾ ਇੰਨੇ ਟਮਾਟਰ ਰੱਖੇ ਪਤਾ ਨਹੀਂ ਕਿਆ ਟਮਾਟਰ ਵੀ ਪਏ ਆ ਗਾਜਰਾਂ ਪਏ ਸਾਰਾ ਕੁਛ ਬਣੀ ਜਾਂਦਾ ਹੁਣ ਆਖੂਗੀ ਆਲੂ ਮਟਰ ਅਤੇ ਗਾਜਰਾਂ ਚੀਰ ਲੀਆਂ ਨਹੀਂ ਨਹੀਂ ਇਹ ਤਾਂ ਵੈਸੇ ਚੀਰ ਕੇ ਸਾਈਡ 'ਤੇ ਰੱਖਣੇ ਆ ਮੈਂ ਕੜੀ ਬਣਾਉਣ ਲੱਗੀ ਹਾਂ ਕੀ ਹੈ ਯਾਰ ਸਾਰਾ ਕੁਛ ਪਤਾ ਹੁੰਦੇ ਦੇ ਬਾਵਜੂਦ ਵੀ ਕੀ ਬਣਾਉਣ ਲੱਗੇ ਹੋ ਗਾਜਰ ਮਟਰ ਗਾਜਰ ਬਸ ਹੁਣ ਗਾਜਰ ਗਾਜਰ ਮਟਰ ਉਧਰ ਪਿਆਜ਼ ਰੱਖਿਆ
हां जी ये तड़का ਜਿਹੜਾ ਕੜਾਈ ਕੇ ਸਾਥ ਸਾ ਲਿਆ ਕੋਈ ਰੈਸਪੀ ਲੌਗ ਨਹੀਂ ਹੈ ਤੇ ਤੁਸੀਂ ਇਹਨੂੰ ਬਣਾ ਲਓ ਤੇ ਮੈਂ ਵੀ ਸਾਰੇ ਕੰਮ ਤਾਂ ਇਹਦੇ ਨਾਲ ਕਰਾਉਣਾ ਨਾ ਤੂੰ ਆਪਦੀ ਪ੍ਰੋਫੈਸ਼ਨਲ ਐਡੀਟਿੰਗ ਕਦੋਂ ਕਰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਸੀਂ ਜਾਓ ਤੁਹਾਨੂੰ ਮਟਰ ਕਢਾ ਦਿੰਦਾ ਆਓ ਤੁਹਾਡੇ ਭਾਂਡੇ ਸਾਫ਼ ਕਰਾ ਦਿੰਦਾ ਆਓ ਆਹ ਕੰਮ ਕਰਾ ਦਿੰਦਾ ਕਾਰ ਵੀ ਤੂੰ ਚਲਾਉਣਾ ਕੰਮ ਸਾਰੇ ਤੂੰ ਕਰਦਾ ਐਡ ਕਦੋਂ ਲੈ ਕੇ ਪਹੁੰਚਦੀ ਤੇਰੇ ਨਾਲ ਕਿ ਸਬਜ਼ੀ ਜਲ ਜਾਣ ਜਾਂਦੇ ਉਹ ਰਾਹ 'ਚ ਹੀ ਲੈ ਕੱਢਦਾ ਪਿਆ ਸੀਗਾ ਠੀਕ ਹੈ ਠੀਕ ਹੈ ਹਾਂ ਆਪਾਂ ਸਾਰੀ ਸਬਜ਼ੀ ਬਣਾ ਕੇ ਫਿਰ ਚੱਲਦੇ ਨਾ ਫਿਰ ਥੋੜੇ ਚਿਰ ਗੱਲਾਂ ਬਾਤਾਂ ਮਾਰਾਂਗੇ ਖਾਣਾ ਹਾਸਾ ਖੇਡਾਂਗੇ ਤਾਂ ਹੀ ਜੇ ਸਬਜ਼ੀ ਰੋਟੀ ਪਹਿਲੇ ਬਣੀ ਹੋਈ ਐਂਟਰਟੇਨਮੈਂਟ ਬਲੌਗ ਐਂਟਰਟੇਨਮੈਂਟ ਤੇ ਬੋਰ ਕਰੂਗਾ ਆਏ ਰੱਬਾ ਮੇਰੇ ਠੀਕ ਹੈ ਠੀਕ ਹੈ ਤੇ ਜੀ ਕਰ ਲਓ ਫਿਰ ਮਟਰ ਕੱਢ ਲਾ ਮੈਂ ਠੀਕ ਹੈ ਠੀਕ ਹੈ ਇੱਥੇ ਗਾਜਾ ਮਟਰ ਨੂੰ ਵੀ ਤੜਕਾ ਲੱਗ ਗਿਆ ਆਟਾ ਪੈ ਗਿਆ ਤੇ ਥੋੜਾ ਜਿਹਾ ਅਸੀਂ ਕੀ ਫੁੱਕ ਮਾਰ ਕੇ ਸਾਫ਼ ਕਰੀਏ ਮਟਰ ਪਨੀਰ ਨੂੰ ਵੀ ਲੱਗ ਗਿਆ ਨਾਲ ਆਪਾਂ ਦੋਨਾਂ ਨੇ ਬਣਾਈ ਅੱਛਾ ਸਾਕੇ ਪਚਾ ਲਿਆ ਆਟਾ ਵੀ ਗੁੰਨਿਆ ਗਿਆ ਆ ਤੇ ਇੱਧਰ ਜਨਾਬ ਹੁਣ ਆਟਾ ਪਾ ਰਿਹਾ ਕੰਟੇਨਰ 'ਚ अच्छा आटा पाउन का भी ब्लॉग बनाना भी आटा पा असं पा रहे हैं आसी ले आए हैं खाने है, पीने है। परसनल लाइफ की है थोड़ी मैं जैनुअन गल आखदा सच्ची मैं इन की गल नहीं करता सारे ब्लॉगरों की गल करता कपलों की यह चीज़ा हूँ तो थोड़ा पैसे दे फेम दे फिर तुम आखते हो साढ़े को लुकाने वाला है कि अभी विखाता तो विखाता पर आदि टाइम से इन्ना दुखी करे ना मैं कहना जोड़ा टाइम ना समझ गया सुधर गया बस वो सैट है बाकी आने टाइम सारे जैनुअन है जवाकां खिलार दे इन्हां दा मेहनत मानी भी नहीं कर दी कुर 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 की ये दस ना मैं नहीं जांदी मैं नहीं जांदी गोदी चक रहन दे फेवरेट जगह बेड अच्छा ਮਿਆਂਕ ਹਮਾਨੀ ਦੀ ਰੋਟੀ ਹੈ ਤੇ ਮਿਆਂਕ ਤੇ ਹਮਾਨੀ ਨੂੰ ਜਾ ਕੇ ਪਹਿਲਾਂ ਲੈ ਕੇ ਆਏ ਸਪੈਸ਼ਲੀ ਫਿਰ ਹੁਣ ਰੋਟੀ ਖਵਾਉਣਗੇ ਫਿਰ ਛੱਡਣ ਜਾਣਗੇ ਬਾ ਉੱਪਰ ਵਾਲਾ ਕੰਮ ਹੀ ਹੈ ਤੁਹਾਡਾ ਬਸ ਪੀਲੀ ਨੰਬਰ ਪਲੇਟ ਹੀ ਲੱਗੀ ਗੱਲੀ ਬਾਕੀ ਸਭ ਉਵੇਂ ਹੀ ਹੈ ਚਲੋ ਆ ਗਏ ਮਿਆਂਕ ਇਹਨੇ ਇੱਥੇ ਹੀ ਬਹਿਣਾ ਹੁੰਦਾ ਆ ਕੇ ਹੈਨਾ ਬਹੁਤ ਸੋਹਣਾ ਆ ਰਿਹਾ ਵੀਰੇ ਬਹੁਤ ਸੋਹਣਾ ਆ ਰਿਹਾ ਮੈਂ ਥੋੜਾ ਹੋਰ ਬਾਕੀਆਂ ਦੇ ਵੈਸੇ ਕਮਾਲ ਦੀ ਗੱਲ ਜਿੱਦੇ ਦੀ ਮੰਮੀ ਆਈ ਹੈ ਵੀ ਵਿਚਾਰਾ ਹਵਾ 'ਚ ਤੁਰਿਆ ਫਿਰਦਾ ਇਹਨੂੰ ਆਇਆ ਪਤਾ ਨਹੀਂ ਸਪੋਰਟ ਬਹੁਤ ਤਕੜੀ ਆ ਨਾ ਆ ਰੋਸਟਰਾਂ ਨੂੰ ਰਿਪਲਾਈ ਹੈ ਰਿੰਪਲ ਵੀਰ ਨਾਲ ਤਾਂ ਲੈਣਾ ਦੇ ਨਹੀਂ ਕੁਛ ਨਹੀਂ ਆਪਣਾ ਹੁਣ ਆਪਾਂ ਕਹਿੰਦੇ ਹੀ ਕੁਛ ਨਹੀਂ ਹੁਣ ਰਿਪਲਾਈ ਕਰਿਆ ਕਰੂਗਾ ਵਧੀਆ ਮੇਰੇ ਕਿਉਂ ਨਾਲ ਦੀ ਵੀ ਤਾਂ ਸੋਹਣੀ ਲੱਗਣੀ ਚਾਹੀਦੀ ਹੈ ਹਾਂ ਸਵੈਟਰ ਦੇਖੋ ਮੇਰਾ ਫੇਵਰਿਟ ਹਾਂ ਬਹੁਤ ਕਮਾਲ ਦੀ ਗੱਲ ਹੈ ਐਡੀ ਦਾ ਪੈਪ ਵੀ ਨਹੀਂ ਪੈਂਦੀ ਘਰਾਂ 'ਚ ਮੁੜ ਕੇ ਜਿਹਨੇ ਨੇ ਲੱਟ ਮੋੜੀ ਹੋਈ ਇੱਥੋਂ ਆਉਂਦੀ ਸ਼ੁਰੂ ਹੋ ਕੇ ਇੱਥੋਂ ਦੀ ਆ ਜਾਂਦੀ ਹੈ ਟਣ 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 ਹਮਾਨੀ ਆਹ ਕਿਹੜਾ ਸਟਾਈਲ ਹੈ ਉਹ ਇਹਨੇ ਇੱਕ ਨਾ ਹਮਾਨੀ ਨੇ ਵੀਡੀਓ ਪਾਈ ਸੀਗੀ ਆਪਦੇ ਬ੍ਰਾਈਡਲ ਵਾਲਾ ਪਾ ਰੱਖਿਆ ਸੀ ਇਹਨੇ ਲਹਿੰਗਾ ਲੂੰਗਾ ਜਨਤਾ ਮੈਨੂੰ ਭੇਜੀ ਹੈ ਬਾਈ ਇੱਥੋਂ ਗੰਜੀ ਇੱਥੋਂ ਗੰਜੀ ਮੈਂ ਕੀ ਸਪਰੇਅ ਮਾਰ ਕੇ ਵਾਲ ਲਾਵਾਂ ਉਹਦੇ ਫਿਰ ਦੱਸ ਲ ਉਹਨੇ ਵਾਲ ਹੀ ਉਸ ਹਾਣਾ ਵਾਈ ਹੋਣੇ ਵੀ ਦਿਖਦਾ ਹੋਣਾ ਗੰਜ ਲੋਕ ਐਂ ਕਰੀ ਜਾਂਦੇ ਬਾਈ ਇਹਦੇ ਵਾਲ ਹੈ ਨਹੀਂ ਉਹ ਹੈ ਨਹੀਂ ਲ ਜਨਤਾ ਹੁਣ ਇੱਕ ਤਾਂ ਮੈਨੂੰ ਭੇਜਦੀ ਬੜਾ ਕੁਛ ਉਹਦਾ ਵੀ ਬਹੁਤ ਕਿਊਟ ਹੈ ਉਹਦਾ ਹੈਂਡਮੇਡ ਆ ਹੈ ਨਾ ਇਹ ਮਾਨੀ ਕਿਹਨੇ ਬਣਾਇਆ ਹੈ ਚਲੋ ਅੱਛਾ ਮੰਮਾ ਨੇ ਬਣਾਇਆ ਹੈ ਹੈ ਨਾ ਤੇ ਇੱਧਰ ਦੀਦੀ ਅੱਛਾ ਦੀਦੀ ਹੈ ਤੁਹਾਡੀ ਤੇ ਰੱਬ ਤੁਸੀਂ ਤਾਂ ਬੁੜੇ ਹੋ ਗਏ ਤੁਹਾਡੀ ਪੈਨਸ਼ਨ ਲੱਗਣ ਵਾਲੀ ਹੋਊਗੀ ਮੈਨੂੰ ਲੱਗਦਾ ਫਿਰ ਦੀਦੀ ਵੀ ਆਏ ਹੋਏ ਆਹ ਨਿੱਕੇ ਜਵਾਕ ਨੂੰ ਕਹਿੰਦੇ ਕਿੱਥੇ ਚੱਲਣਾ ਸਕੂਲ ਚੱਲ ਅੱਛਾ ਸਕੂਲ ਚੱਲਣਾ ਉਹ ਮੈਂ ਕਰਕੇ ਮੰਮਾ ਨੇ ਬਣਾਇਆ ਉਹ ਮੰਮਾ ਨੇ ਬਣਾਇਆ ਮਤਲਬ ਵੈਲਕਮ ਦੀਦੀ ਪਹਿਲਾਂ ਤਾਂ ਸਾਡੇ ਘਰ 'ਚ ਤੁਹਾਡਾ ਪਹਿਲੀ ਵਾਰ ਆਏ ਹੋ ਹੈ ਨਾ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਇਹੀ ਪੁੱਛੂਗੀ ਹੁਣ ਮੈਂ ਠੀਕ ਹੈ ਹਲੇ ਤਾਂ ਹਲੇ ਤਾਂ ਪਾ ਕੇ ਬੈਠੀ ਹੈ ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਹਲੇ ਤਾਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਆਹੋ ਨਹੀਂ ਵੈਸੇ ਜਿੱਦਾਂ ਪਹਿਲੀ ਵਾਰ ਆਏ ਸੀਗੇ ਤੁਸੀਂ ਕਿੱਦਾਂ ਸ਼ੂਜ਼ ਵੀ ਨਹੀਂ ਲਾਉਂਦੇ ਸੀਗੇ ਹੈ ਨਾ ਲੱਤਾਂ ਲਟਕਾ ਕੇ ਬੈਠੇ ਰਹੇ ਵੀ ਕਰਨ ਓਏ ਉੱਪਰ ਹੋ ਕੇ ਬੈਠੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਮੰਮਾ ਕਿਤੇ ਬੋਲਦੀ ਨਹੀਂ ਆਹੋ ਅੱਛਾ ਮੰਮੀ ਨੇ ਮੰਮੀ ਨਹੀਂ ਬੋਲਦੀ ਆਪਾਂ ਖਿਚੜੀ ਖਾਦੀ ਸੀਗੀ ਬਿਕੋਜ਼ ਮਾਨੀ ਬਿਮਾਰ ਸੀਗੀ ਉਹਨੂੰ ਵੀ ਖਿਚੜੀ ਫਿਰ ਖਾਣੀ ਪਈ ਉਹ ਆਪਾਂ ਆਏ ਹੋ ਹੌਲੀ ਹੌਲੀ ਖਾ ਰਹੇ ਇਹ ਆਏ ਹੌਲੀ ਹੌਲੀ ਹਨਾ ਮੈਂ ਕਿਹਾ ਹੋਰ ਲੈ ਲਓ ਨਹੀਂ 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 ਬਸ 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 ਐਦਾਂ ਫਾਰਮੈਲਿਟੀ ਵਾਲਾ ਹਨਾ ਹੁਣ ਕੀ ਹੁੰਦਾ ਹੈ ਹੁਣ ਕੁਛ ਨਹੀਂ ਹੁੰਦਾ ਹੁਣ ਕੀ ਹੋਣਾ ਹੁਣ ਅਗਲਾ ਮੱਛਰ ਗਿਆ ਹੁਣ ਆ ਕੇ ਬੰਦਾ ਕਿਉਂਕਿ ਅਗਲੇ ਤੁਹਾਡੇ ਵਲੌਗ ਚੈਨਲ ਤੋਰਤਾ ਬਈ ਗੋਪੀ ਨਾਨੀ ਤੁਰਿਆ ਹੋਰ ਬੜੇ ਵੀਰ ਮਿਲੇ ਉਹਨਾਂ ਨਾਨੀ ਤੁਰਿਆ ਇਹਦੇ ਨਾਲ ਤੁਰ ਗਿਆ ਹੋਰ ਕੀ ਚਾਹੀਦਾ ਦੱਸ ਲੈ ਤੁਹਾਨੂੰ ਸਹੀ ਗੱਲ ਹੈ
ਯਾਰ ਇਹ ਗੂੜੀ ਪੈ ਗਈ ਵੈਸੇ ਉਹ ਯਾਰ ਕਿੱਡੇ ਵਿਹਲੇ ਹੈ ਨਾ ਸਾਰਾ ਹੀ ਸ਼ੂਟ ਕਰੀ ਜਾਂਦੇ ਹੈ ਨਾ ਕੋਈ ਹਾਂਜੀ ਆ ਗਏ ਜੀ ਬਹਿੰਦੇ ਹਾਂ ਖਾਂਦੇ ਹਾਂ ਪੀਂਦੇ ਹਾਂ ਕੈਮਰਾ ਹੁਣ ਤੁਹਾਡਾ ਵੱਸ ਨਹੀਂ ਕਰਦਾ ਟ੍ਰਾਈਪੋਡ ਹੋਵੇ ਤੁਸੀਂ ਉੱਤੇ ਲਾ ਦਿਓ ਪ੍ਰੋਫੈਸ਼ਨਲ ਡੇਟਿੰਗ ਕਰਨਾ ਚੱਲੀ ਜਾ ਘੱਟ ਨਹੀਂ ਚਲੋ ਇੱਦਾਂ ਹੀ ਹੈ ਨਾ ਰਿਸ਼ਤਾ ਅੱਧੇ ਤਾਂ ਸਟਰੋਂਗ ਹੁੰਦਾ ਹੈ ਹਾਂ ਅੱਛਾ ਹੁਣ ਮੈਨੂੰ ਪਹਿਲਾਂ ਸਾਰੇ ਜਣੇ ਇਹ ਦੱਸੋ ਚਾਹ ਪੀਓਗੇ ਕਿ ਕਾਫੀ ਪੀਓਗੇ ਦੱਸੋ ਚਾਹ ਇਹ ਦੋ ਚਾਹ ਤੁਸੀਂ ਦੀਦੀ ਪਹਿਲਾਂ ਦੀਦੀ ਨੂੰ ਪੁੱਛਣ ਦੋ ਚਾਹ ਰੋਟੀਆਂ ਭੁੱਖ ਤਾਂ ਚਾਹ ਤਾਂ ਪਿਆ ਦੇ ਅੱਛਾ ਜੀ ਅੱਛਾ ਜੀ ਤਾਂ ਹੀ ਫਿਰ ਆਪਾਂ ਲੇਟ ਹੀ ਖਾਵਾਂਗੇ ਕਰਦਾ ਇਸ਼ਾਰਾ ਮੈਂ ਆਪਸ ਹੀ ਸਾਰੇ ਚੱਲਦੇ ਨੇ ਚਲੋ ਹੁਣ ਆਪਾਂ ਚਾਹ ਪੀਂਦੇ ਆ ਸਾਰੇ ਚਾਹ ਆ ਗਈ ਹੈ ਚਾਹ 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 ਤੇ ਇੱਧਰ ਬਿਸਕੁਟ ਖਾਣੇ ਸ਼ੁਰੂ ਕਰ ਦਿੰਦੇ ਆ ਕਿਤੇ ਕਰ ਦਿੰਦੇ ਟ੍ਰੇਨ ਚ ਚੈ 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 ਨਾਲ ਆਏ ਨਹੀਂ ਕਰਦੇ ਹੁੰਦੇ ਟ੍ਰੇਨ 'ਚ ਤੁਹਾਨੂੰ ਕਰਨਾ ਵੀ ਨਹੀਂ ਆਉਂਦਾ ਚਾਏ ਉਹ ਬੜਾ ਹੁੰਦਾ ਸੀ ਯਾਰ ਇੱਕ ਆਉਂਦਾ ਬੱਸ 'ਚੋਂ ਸੰਤਰੇ ਗਲੇ ਕੱਚੇ ਮਿੱਟੇ ਗਲੇ 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 ਐਂ ਕਰਦੇ ਹੁੰਦੇ ਆ ਯਾਰ ਕਿਆ ਦਿਨ ਸੀ ਯਾਰ ਸੰਤਰੇ ਦੀ ਗੋਲੀਆਂ ਆਉਂਦੀਆਂ ਸੀ ਚਾਰ ਜਾਂ ਅੱਠ ਹੁੰਦੀਆਂ ਸੀ 10 ਰੁਪਏ ਦਾ 20 ਰੁਪਏ ਦਾ 10 ਰੁਪਏ ਦਾ ਪੈਕਟ ਹੁੰਦਾ ਸੀ 8 ਗੋਲੀਆਂ ਹੁੰਦੀਆਂ ਸੰਤਰੇ ਵਾਲੀਆਂ 4 ਕਾਲੀਆਂ ਹੁੰਦੀਆਂ ਸੀ 4 ਸੰਤਰੀਆਂ ਹੁੰਦੀਆਂ ਸੀ ਉਹ ਸਿਰਾ ਹੀ ਹੁੰਦਾ ਸੀ ਹੈਗਾ ਹੁਣ ਵੀ ਆਉਂਦੇ ਹੁਣ ਕਦੇ ਬੱਸ 'ਚ ਸਫ਼ਰ ਨਹੀਂ ਕੀਤਾ ਕਰਨਾ ਚਾਹੀਦਾ ਮੈਂ ਹੁਣ ਬੱਸ 'ਚ ਹੀ ਸਫ਼ਰ ਕਰਦਾ ਮੋਸਟਲੀ ਜਾਣਾ ਤਾਂ ਹੁੰਦਾ ਨਹੀਂ ਵੈਸੇ ਕਿਤੇ ਮੈਂ ਉੱਦਾਂ ਹੀ ਝੂਟਾ ਲੈ ਲੈਂਦਾ ਗੱਲ ਕਰਦਾ ਵੈਸੇ ਪਰ ਸਿਰਾ ਸੀ ਯਾਰ ਇੱਥੋਂ ਬਠਿੰਡੇ ਜਾਂਦੇ ਹੁੰਦੇ ਬਠਿੰਡੇ ਵਾਲੇ ਥਰਮਲ ਆ ਜਾਂਦੇ ਉਦੋਂ ਘਰ ਦੇ ਠਾਣਦੇ ਵੀ ਉੱਠ ਖੜ੍ਹ ਹੋਵੇ ਥਰਮਲ ਆ ਗਏ ਪਾਣੀ ਡੁੱਲੀ ਜਾਂਦਾ ਹੁਣ ਤਾਂ ਚੱਲ ਚੱਲਦੇ ਨਹੀਂ ਸ਼ਾਇਦ ਉਹ ਪਹਿਲਾਂ ਉਦੋਂ ਥਰਮਲ ਵੇਖਣ ਦਾ ਮਾਰਾ ਹੀ ਉੱਠ ਖੜ੍ਹਦਾ ਸੀ ਮੈਂ ਤਾਂ ਚਾਚਾ 'ਚ ਪਹਿਲਾਂ ਮੂਹਰੇ ਸੁਣਦਾ ਨਹੀਂ ਸੀ ਇੱਥੋਂ ਕਿ ਘੰਟੇ ਦਾ ਰਾਹ ਸੀ ਸਾਰਾ ਫਿਰ ਮੈਂ ਸੋ ਜਾਂਦਾ ਸੀਗਾ ਨਿੱਕਾ ਹੁੰਦਾ ਅਤੇ ਥਰਮਲ ਆਉਂਦੇ ਉਦੋਂ ਠਾ ਦਿੰਦੇ ਥਰਮਲ ਆ ਕੇ ਤਾਂ ਦੀਦੀ ਪਾਣੀ ਵੇਖ ਫਿਰ ਵੇਖੀ ਤਾਂ ਖੁਸ਼ ਹੋ ਜਾਂਦਾ ਸੀ ਉਹ ਐਡਾ ਵੱਡਾ ਮੈਂ ਹੁਣ ਤੰਦੂਰ ਰੱਖਦਾ ਹੁੰਦਾ ਸੀ ਮੈਂ ਕਹਿੰਦਾ ਸਾਰੇ ਬਠਿੰਡੇ ਦੀ ਰੋਟੀਆਂ ਲੈ ਜਾਂਦੇ ਇਹਦੇ 'ਚ ਜੇ ਬੰਦੇ ਲਾਉਣ ਲੱਗਣ ਤਾਂ ਕਿਆ ਏ ਕੱਚਗਰੇ ਕੱਚੀ ਗਰੀ ਉਹ ਵੀ ਲੱਗ ਗਿਆ ਕੱਚੀ ਗਰੀ ਕਰਨ ਤੇਰਾ ਕੰਮ ਪ੍ਰੋਫੈਸ਼ਨਲ ਡੇਟਿੰਗ ਤਾਂ ਨਹੀਂ ਵੈਸੇ ਨਹੀਂ ਉਹ ਕਹਿੰਦੇ ਠੰਡਾ ਪਾਣੀ ਐਂ ਕੌਣ ਕਰ ਠੰਡਾ ਪਾਣੀ ਇਹ ਤੁਸੀਂ ਵੈਸੇ ਖਬਰਾਂ ਵਾਲੀ ਹੈ ਠੰਡੇ ਪਾਣੀ ਬੋਤਲੇ ਮੈਨੂੰ ਆਖਣ ਕਿ ਤੂੰ ਕੰਮ ਤਾਂ ਨਹੀਂ ਕਰਦਾ ਸੀ ਨਹੀਂ ਐਕਟਿੰਗ ਤਾਂ ਠੰਡਾ ਪਾਣੀ ਹਮਾਨੀ ਚੁੱਪ ਹੈ ਵਿਚਾਰੀ ਵੈਸੇ ਇੱਕ ਚੀਜ਼ ਵੇਖੀ ਮੈਂ ਅੱਗੇ ਹਮਾਨੀ ਬਹੁਤ ਬੋਲਦੀ ਸੀ ਮੈਂ ਉਹਨੂੰ ਕੁਛ ਕਿਹਾ ਕਿਤੇ ਇਹ ਤਾਂ ਵਿਚਾਰਾ ਵਲੌਗ ਹੀ ਬਣਾਉਂਦਾ ਹੀ ਬਣਾਉਂਦੇ ਰਹਿੰਦੇ ਆ ਤਾਂ ਕਹਿੰਦੇ ਨੀ ਕਿੱਡੇ ਵਿਹਲੇ ਆ ਨਾ ਯਾਰ ਕਮਾਲ ਦੀ ਗੱਲ ਜਮਾਂ ਹੀ ਨਹੀਂ ਕੈਮਰਾ ਬੰਦ ਪਰਦ ਕਰਦੇ ਸਾਰੀ ਚੀਜ਼ ਰਿਕਾਰਡ ਕਰ ਲੈਂਦੇ ਆ 35-36 ਮਿੰਟ ਦਾ ਵਲੋਗ ਇਹ ਆਪ ਤਾਂ ਗਾਜਰਾਂ ਧਰਨ 'ਚ ਰਹਿ ਜਾਣੀ ਸੀ ਦੋ ਹੋਰ 5-7 ਮਿੰਟਾਂ ਦਾ ਬਣਨਾ ਸੀ ਇਹ ਤਾਂ ਮੈਂ ਕਹਾਣੀ ਆ ਕੇ ਗੱਲਾਂ ਮਾਰ ਮਾਰ ਕੇ ਸਾਰਾ ਪੋਡਕਾਸਟ ਹੀ ਸ਼ੂਟ ਕਰ ਲੈਂਦੇ ਆ ਮਾਂ ਦੇ ਪੁੱਤ ਵਲੋਗ ਤਾਂ ਹੈ ਹੀ ਨਹੀਂ ਮੰਮੀ ਆ ਗਏ ਹਮਾਨੀ ਕਿੱਥੋਂ ਬੋਲੇ ਹੁਣ ਹਮਾਨੀ ਵਿਚਾਰੀ ਬਿਜ਼ੀ ਹੈ ਪਤਾ ਨਹੀਂ ਮੈਂ ਹੁਣ ਮੰਮੀ ਜਿਹਨੇ ਘੁੰਮਣ 'ਚ ਬਿਜ਼ੀ ਹੈ ਕਿ ਵਾਲ ਸਟੇਟ ਹੋ ਗਏ ਸਿਰ ਮਿਲਾਉਣ 'ਚ ਬਿਜ਼ੀ ਹੈ ਕਿ ਹਮਾਨੀ ਨੇ ਕਲੇਸ਼ ਪਾਲਿਆ ਮੇਰੇ ਵੀ ਕਰਾ ਕੇ ਦਿਓ ਹੁਣ ਤੁਸੀਂ ਆਪਦੇ ਕਰਾ ਲਏ ਤਾਂ ਕੀ ਰੌਲਾ ਹੋ ਸਕਦਾ ਪਤਾ ਨਹੀਂ ਡੇਟਿੰਗ 'ਚ ਬਿਜ਼ੀ ਹੋ ਸਕਦਾ ਕਈ ਮੈਨੂੰ ਆਖੀਆਂ ਬਾਈ ਤੂੰ ਮਿਅੰਕ ਦੀਆਂ ਵੀਡੀਓ ਪਾਤੀਆਂ ਅਤੇ ਮਿਅੰਕ ਦਾ ਮਾਨੇ ਕਲੇਸ਼ ਪੈ ਗਿਆ ਤਾਂ ਨਹੀਂ ਬਲੌਗ ਪਾਤੇ ਮੈਂ ਕਿਉਂ ਪਾਤੀਆਂ ਨੈੱਟ 'ਤੇ ਆਪੇ ਪਈਆਂ ਹਜੇ ਤੱਕ ਚੀਚੀ ਤਾਂ ਨਹੀਂ ਜਾਂ ਤਾਂ ਮੈਂ ਕਿਤੋਂ ਲੀਕ ਚੱਕ ਕੇ ਲਿਆ ਫਿਰ ਤਾਂ ਮੈਂ ਆਖਾਂ ਉਹ ਹਲੇ ਵੀ ਇਹਦੀ ਆਈ ਡੀ 'ਤੇ ਪਈਆਂ ਵਿਚਾਰੇ ਨੇ ਆਪ ਹੀ ਡਿਲੀਟ ਕੀਤੀ ਮੈਂ ਕਿਉਂ ਕਲੇਸ਼ ਪਾਉਣਾ ਯਾਰ
ਵਾਲ ਕਿਵੇਂ ਵਾਹੁਣੀ ਆ ਤੂੰ ਇੱਥੋਂ ਦੀ? ਐਂ ਕੱਢ ਕੇ ਪਿੱਛੋਂ ਦੀ ਬਾਹਰ, ਫਿਰ ਐਂ ਕਰਦੀ ਹੋਏਗੀ ਪਹਿਲਾਂ, ਐਂ ਲਾ ਕੇ ਚੇਪਾ, ਫਿਰ ਐਂ ਰੱਖ ਲੈਂਦੀ ਹੋਏਗੀ। ਚੰਗਾ ਹੀ ਤੇਲ ਮਲਿਆ, ਐਂ ਲੱਗਦਾ ਤੇਲ ਵਾਲੀ ਬੋਤਲ 'ਚ ਬੋਦੰਦੀ ਹੋ ਗਈ। ਐਂ ਲੱਟ ਕੀ ਹੈਗਾ ਇਹਦੇ 'ਚ, ਬੋਰ ਕਰੀ ਜਾਂਦੇ ਹੋ ਯਾਰ, ਕੋਈ ਖਵਾਉਣਾ ਪਿਆਉਣਾ ਖਵਾਓ ਦੱਸ, ਕਹਿੰਦੀ ਚਾਹ ਲਿਆਉਣੇ ਆ। ਵਲੌਗ ਤਾਂ ਮੁੱਕੇ ਤੁਹਾਡਾ, ਫਿਰ ਚਾਹ। ਅੱਛਾ ਚਾਹ ਪੀ ਲਈ ਸੱਚ? ਠੀਕ ਆ। ਕੰਮ ਤਾਂ ਲੱਗੀ ਨੀ ਆਉਂਦੀ ਕੁਛ। ਲੋਕ ਆਪਾਂ ਬੰਦ ਕਰਦੀ, ਜ਼ਿਆਦਾ ਵੱਡਾ ਹੋ ਗਿਆ ਮੈਂ। ਇੱਧਰ ਆ, ਪਤਾ ਨੀ ਕੀ ਪੰਗੇ ਲਈ ਜਾਂਦੇ ਤਿੰਨੇ ਜਣੇ ਬੈਠੇ। ਹਾਂਜੀ ਕੀ ਹੋ ਗਿਆ? ਅੱਛਾ ਕੀ ਸਿੱਖਦੇ ਪਏ ਆ? ਉਸ ਤੋਂ ਬਾਅਦ ਫੋਟੋ ਭੇਜਤੀ ਪਰ ਉਹਨੂੰ, ਠੀਕ ਹੈ? ਮੈਂ ਦੱਸ ਦੱਸ ਵਿਸਥਾਰ ਵਿਸਥਾਰ ਪੂਰਵਕ ਦੱਸਿਆ ਜਾਊਗਾ। ਜਿਵੇਂ ਆ ਮੇਰਾ ਹੱਥ ਹੈ ਨਾ, ਇੱਥੇ ਮੈਂ 5 ਰੁਪੀਸ ਦਾ ਕੋਇਨ ਰੱਖਿਆ ਹੋਇਆ, ਇਹਨੂੰ ਜ਼ੂਮ ਕਰਕੇ ਨਾ ਇਹ ਇੱਥੇ ਪੂਰੇ ਸਾਈਜ਼ ਨਾਲ ਮੈਚ ਕਰਕੇ ਨਾ ਕੋਇਨ ਰੱਖ ਦੇਣਾ। ਹੁਣ ਇੱਕ 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 ਨੇਲ ਚੁੱਕ ਕੇ ਨਾ ਪਹਿਲੇ ਇੱਥੇ ਲਾਣਗੇ, ਜੇ ਤਾਂ ਫਿੱਟ ਆ ਗਿਆ ਮਤਲਬ ਮੇਰੇ ਸਾਈਜ਼ ਦਾ ਨੇਲ। ਬਈ ਗੱਲ ਤਾਂ ਦਿਮਾਗੀ ਕੀਤੀ ਹੈ ਵੈਸੇ, ਚਲੋ ਅੱਛਾ ਕੋਇਨ ਰੱਖ ਕੇ ਸਹੀ ਗੱਲ ਹੈ ਕੁੜੀਓ। ਵੇਖੋ ਇਹ ਵੀ ਕੰਮ ਦੀ ਗੱਲ ਕਰ ਲੈਂਦੇ, ਆਪਦੇ ਵਲੋਗਾਂ 'ਚ ਕਰਿਆ ਕਰੋ ਨਾ ਇਹੋ ਜਿਹੀਆਂ, ਲੋਕਾਂ ਦੇ ਵਲੋਗਾਂ 'ਚ ਕਰੀ ਜਾਂਦੇ ਦਾਤ ਹੀਲ। ਆ ਕੋਇਨ ਰੱਖ ਲਿਆ ਕਰੋ, ਉਹਨੂੰ ਜ਼ੂਮ ਕਰਕੇ ਸੈੱਟ ਕਰ ਲਿਆ ਕਰੋ ਕੋਇਨ ਨੂੰ, ਫਿਰ ਨੋ ਲਾ ਲਾ ਕੇ ਵੇਖੀ ਜਾਣਗੇ ਉਂਗਲਾਂ 'ਤੇ ਵੀ ਕਿਹੜਾ ਲੱਗਦਾ ਕਿਹੜਾ ਨਹੀਂ ਲੱਗਦਾ। ਦਿਮਾਗੀ ਤਾਂ ਹੈ ਗੱਲ ਵੈਸੇ। ਖਾਣ ਪੀਣ ਖਰਚਾ ਵੱਧ ਗਿਆ। ਲੋ ਇੰਨੇ ਕੋ ਖਰਚੇ ਦਾ ਦੇਖ ਲੈ ਕਿੱਦਾਂ ਕਰੀ ਜਾਂਦੇ ਨਹੀਂ ਹੁੰਦੇ। ਪ੍ਰੈਸ ਆਨ ਇਹ ਗੱਲ ਕਮਾ ਐਕਸਟੈਂਸ਼ਨਸ ਹੁੰਦੀ ਹੈ 6-7 ਹਜ਼ਾਰ ਤੱਕ ਵੀ। ਪ੍ਰੈਸ ਆਨ ਬਹੁਤ ਵੈਸੇ ਕਮਾਲ ਦੀ ਗੱਲ ਹੈ, ਇਹਨਾਂ ਦੇ ਐਕਸਟੈਂਸ਼ਨਾਂ ਕੀਤੀਆਂ ਸੀ ਜਦੋਂ ਦੇ ਐਕਸਟੈਂਸ਼ਨਾਂ ਰੋਮਾਂਚਿਕ, ਉਦੋਂ ਬਾਅਦ ਐਕਸਟੈਂਸ਼ਨ ਲਵਾਈਆਂ ਇਹਨਾਂ ਨੇ। ਛੱਡੋ ਰਹਿਣ ਤੋਂ, ਆਟਾ ਗੁੰਨਣ 'ਚ ਬਿਜ਼ੀ ਹੋ ਜਾਂਦੀ ਹੈ ਇਸ ਤਾਂ। ਹਾਂ ਹੈ ਨਾ, ਯਾਰ ਆ ਰਿਹਾ ਬਸ ਆਪਾਂ ਮੰਗਵਾਣੀਆਂ ਲੱਗ ਗਿਆ ਐਕਸਟੈਂਸ਼ਨਸ ਕਰਾਉਣ ਜਾਵਾਂਗੇ ਨਾ, ਉਹਦੇ ਤੇ ਜੇ 6-7 ਹਜ਼ਾਰ ਲੱਗ ਗਿਆ ਤੇ ਉਹੀ ਪ੍ਰੈਸ ਆਨ 6-7 ਹਜ਼ਾਰ ਵਿੱਚ ਆ ਜਾਂਦੇ ਆ ਥੋੜੇ। ਮੋਟੀ ਕਮਾਈ ਨਾ ਤਿੰਨ ਦੇ, ਤੂੰ ਭਾਵੇਂ 30 ਮੰਗਾ ਲਾ, ਕੰਮ ਹੀ ਸਾਰਾ ਤੇਰੇ ਸਿਰ ਤੇ, ਤੂੰ ਸੌਂ ਪਾ ਦੇ, ਤੂੰ ਤਾਂ ਹੁਣ ਚੈਨਲ ਖੜਾ ਕਰਦੇ ਵਿਚਾਰੇ ਦਾ। ਵੈਸੇ ਕਮਾਲ ਦੀ ਗੱਲ ਨਾ, ਪਹਿਲੀ ਜਨਾਨੀ ਜਿਹੜੀ ਆਪਦੇ ਬੰਦੇ ਬੰਦਾ ਹੀ ਜਨਾਨੀ ਬਿਨਾ ਅੱਧਾ ਉੱਦਾਂ ਤਾਂ ਅੱਧਾ ਹੀ ਆ, ਪਰ ਇਹ ਸੋਸ਼ਲ ਮੀਡੀਆ 'ਤੇ ਵੀ ਅੱਧਾ ਹੀ ਆ ਵਿਚਾਰਾ। ਲੋਕਾਂ ਨੂੰ ਪਤਾ ਨਹੀਂ ਕੀ ਚਸ, ਦੀਦੀ ਆਪਕੇ ਵਲੌਗ ਨਾਈਸ ਹੋਤੇ ਹੈ, ਆਪਕਾ ਯੇ ਹੋਤਾ ਹੈ, ਵੋ ਇਹਨੇ ਤੁਸੀਂ ਫੁੱਲ ਐਂਟਰਟੇਨਮੈਂਟ ਲਿਖ ਕਿਵੇਂ ਦਿੰਦੇ ਹੋ ਆਪਦੇ ਟਾਈਟਲਾਂ 'ਚ? ਕੁਛ ਹੁੰਦਾ ਤਾਂ ਨਹੀਂ ਇਹਦੇ 'ਚ, ਐਂਟਰਟੇਨਮੈਂਟ ਤੁਸੀਂ ਆਪਦੀ ਕਰਦੇ, ਲੋਕਾਂ ਨੂੰ ਤਾਂ ਹਾਸਾ ਹੀ ਕੋਈ ਨਹੀਂ ਆਉਂਦਾ। ਕਿਸੇ ਇੱਕ ਅੱਧੀ ਗੱਲ 'ਤੇ ਹਾਸਾ ਆ ਜਾਏ, ਉਹ ਵੀ ਘੁੰਚ ਹੁੰਦੀ ਹੈ, ਪੂਰੀ ਰੋਮਾਂਚਿਕ ਕਰਨੀ ਪੈਂਦੀ ਗੱਲ ਫਿਰ ਤੁਹਾਡੀ। ਉਹ ਮੈਂ ਵੀ ਲਿਖਿਆ ਰੋਮਾਂਚਿਕ, ਭੁੱਖ ਲੱਗਦੀ ਬੋਲਦੀ ਨੀ ਹੁੰਦੀ ਹਨਾ, ਨਹੀਂ ਹੁੰਦੀ ਸੀ ਜਦੋਂ ਭੁੱਖ ਲੱਗਦੀ ਤੇ ਉਹ ਸ਼ਾਂਤ ਹੋ ਜਾਂਦੀ ਸੀ, ਪਰ ਅੱਜ ਭੁੱਖ ਲੱਗੀ ਅੱਜ ਬੋਲਦੀ ਪਈ ਆ। ਮੰਮੀ ਆਏ ਨਾ ਫਿਰ ਬਿਸਕਿਟ ਤੇ ਉਹ ਨਮਕੀਨ ਮੈਂ ਇੱਕ ਚੀਜ਼ ਵੇਖੀ ਹੈ, ਇਹਨਾਂ ਜਿੰਨਾ ਪੰਪੀ ਬੰਦਾ ਜ਼ਿੰਦਗੀ 'ਚ ਨਹੀਂ ਵੇਖਿਆ ਮੈਂ, ਸੋਸ਼ਲ ਮੀਡੀਆ 'ਤੇ ਪੂਰੇ ਨਹੀਂ ਹੋਣਾ। ਹਾਂ ਬਹੁਤ ਸੁਭਾਅ ਭਾਜੀ ਦਾ, ਸੁਭਾਅ ਦਾ ਨਾਈਸੀ ਆ ਭਾਜੀ, ਇਹਨਾਂ ਨਾਲ ਗੱਲ ਕੀਤੀ ਮੈਂ ਕਹਿੰਦਾ ਰੱਬ ਹੀ ਥੱਲੇ ਆ ਗਿਆ, ਪੁੱਛੇ ਨਾ ਤੁਸੀਂ, ਸੋ ਝੂਠ, ਸੋ ਨਾਈਸ, ਸੋ ਝੂਠ, ਇੱਥੇ ਵੀ ਸੋ ਝੂਠ। ਪੰਜਾਬੀ ਲੋਕ ਕਹਿ ਦਿੰਦੇ ਆ ਪਰ ਓਦਾਂ ਨੇਮ ਉਹਦਾ ਕਰਕੇ ਹੀ ਹੁੰਦਾ। ਅਸੀਂ ਕੀ ਵਿਹਲੇ ਆ, ਬਣਾ ਲਾ।
ਤੈਨ ਕੋਰਸ ਪ੍ਰਾਈਸ ਦਈਏ ਅੱਧੀਆਂ ਗੱਲਾਂ ਇਹ ਸਮਝਾਈ ਦੀ ਨਹੀਂ ਆਉਂਦੀ ਵੀ ਪਈ ਹੈ ਦੱਸ ਬਸ ਹੁਣ ਜਿਹੜਾ ਨਾ ਚੰਗੀ ਪੜਦਾ ਬਣਾ ਲਓ ਹੁਣ ਰੋਟੀ ਉੱਠ ਕੇ ਕਿ ਇਹਦੇ ਗੱਲਾਂ ਇਹਦੇ ਢੂਈ 'ਚ ਵੜੇ ਰਹੋਗੇ ਦੱਸ ਲੈ ਇਹਨਾਂ ਨੂੰ ਐਂ ਸਾਡਾ ਵਲੋਗ ਪੂਰਾ ਹੋ ਜਾਏ ਪਹਿਲਾਂ 11 ਮਿੰਟ ਦਾ ਵਲੋਗ ਟੱਪ ਗਿਆ ਗੱਲਾਂ ਮਾਰ ਮਾਰ ਕੇ ਹੀ 2 ਮਿੰਟ ਗਾਜਰਾਂ ਹੀ ਕੱਟੀਆਂ ਬਾਕੀ ਤਾਂ 9-10 ਮਿੰਟ ਦਾ ਵਲੋਗ ਹੀ ਇਹਨਾਂ ਦਾ ਪਾਈ ਜਾਂਦਾ ਵਿਚਾਰਾ ਆਪ ਤਾਂ ਮੂਹਰੇ ਹੀ ਨਹੀਂ ਆਉਂਦਾ ਯਾਰ ਕਿੱਦਾਂ ਦੇ ਵਲੋਗਰ ਹੈਗੇ ਅੱਜ ਕੱਲ੍ਹ ਜ਼ਿੰਦਗੀ ਆਪਾਂ ਦੂਜੀ ਸਬਜ਼ੀ ਖਾਵਾਂ ਇਹ ਗਾਜਰ ਮਟਰ ਖਾਂਦਾ ਨਹੀਂ ਹੈ ਨਾ ਬਾਕੀ ਖਾ ਲੈਂਦਾ ਕੋਈ ਨਹੀਂ ਮੈਂ ਦੱਸ ਲਵਾਂਗਾ ਗਾਜਰਾਂ ਤੋਂ ਆਲੂ ਖਾ ਲਾਂਗੇ ਨਹੀਂ ਤੂੰ ਗਾਜਰ ਮਟਰ ਵੀ ਟੇਸਟੀ ਕਰਕੇ ਦੇਖਿਆ ਕਾਂਟੇ ਨਾਲ ਚੁੱਕ ਲੈ ਇਹਨਾਂ ਦੀਆਂ ਨਾ ਗੱਲਾਂ ਨਹੀਂ ਮੁੱਕ ਸਕਦੀਆਂ ਤੇ ਹੁਣ ਆਪਾਂ ਰੋਟੀ ਤਿਆਰੀ ਕਰਦੇ ਆਂ ਬਾਕੀ ਆਪਣੀ ਸਬਜ਼ੀ ਵਗੈਰਾ ਤੇ ਸਾਰੀ ਬਣੀ ਹੋਈ ਆ ਇੱਧਰ ਅੱਛਾ ਸਾਰਾ ਕੁਝ ਰੈਡੀ ਆ ਪਨੀਰ ਪਿਆ ਆ ਖਾਣਾ ਵੀ ਤਾਂ ਦੱਸ ਕੇ ਖਾਣਾ ਸਾਲਾ ਅਸੀਂ ਬਣਾਇਆ ਕੀ ਕਰੇ ਜਾਂਦੇ ਦੀਪ ਖੜਿਆ ਨਹੀਂ ਵੀਰ ਸੇਬ ਪਾ ਦੇ ਵਧੀਆ ਵਧੀਆ ਮੇਰਾ ਵੀਰ ਕੋਲੇ ਜਾਣਾ ਮੈਂ ਲੰਬੂ ਕੋਲੇ ਤੇ ਲੈ ਹੀ ਜਾਵਾਂ ਸ਼ਗਨੀ ਦੇ ਆਉਂਦਾ ਉਹਨੂੰ ਜਾਣ ਲੱਗਿਆ ਦੱਸ ਤੇ ਓ ਨਾਈਸ ਟਾਈਮ ਮਟਰ ਪਨੀਰ ਇਧਰ ਗਾਜਰਾਂ ਤੇ ਇਧਰ ਚਾਵਲ ਬਣਾਏ ਹੈਗੇ ਉਹ ਹੈ ਤੇ ਇਹ ਕਿਹਦੇ ਸਾਈਡ ਤੇ ਬਣਾਉਣਾ ਸੀ ਪਲਾਓ ਹੈ ਹਾਂ ਹੁਣ ਆਪਾਂ ਥੋੜੇ ਜਿਹਾ ਪਲੇਨ ਰਾਈਸ ਵੀ ਬਣਾਉਂਦੇ ਠੀਕ ਹੈ ਠੀਕ ਆ ਵੇਖ ਲਓ ਨਵੀਂ ਖੇਡ ਲੱਭ ਗਈ ਇਹਨਾਂ ਨੂੰ ਤੇ ਬਾਕੀ ਨਾ ਨਿੱਕੇ ਹੁੰਦੇ ਯਾਦਾਂ ਨਹੀਂ ਆ ਤਾਜ਼ੀਆਂ ਹੁੰਦੀਆਂ ਨਿੱਕੇ ਹੁੰਦੇ ਨਾ ਤੂੰ ਬੜਾ ਬੁੜਾ ਹੋ ਗਿਆ ਹੁਣ ਨਿੱਕੇ ਹੁੰਦੇ ਦੀਆਂ ਯਾਦਾਂ ਹੈਗੀਆਂ ਪਲੱਸ 2 ਦਾ ਤੂੰ ਪਿਛਲੇ ਸਾਲ ਪਾਸ ਕੀਤੀ ਆ ਨਿੱਕੇ ਜਵਾ ਕੇ ਭਿਗੋ ਕੇ ਐਂ ਕਰਦਾ ਕਰੋ ਉਦਾਂ ਹੀ ਬੁਲਬੁਲੇ ਨਿਕਲੇ ਹੁੰਦੇ ਹੁਣ ਤਾਂ ਬੜੇ ਚੱਲ ਪਿਆ ਇੱਕ ਹੀ ਹੁੰਦਾ ਸੀਗਾ ਉਹਦੇ ਤਾਂ ਗੁਬਾਰਾ ਹੀ ਪਰਫੈਕਟ ਬੰਦਾ ਬਣਾ ਸਕਦਾ ਹੁਣ ਤਾਂ ਕੈਮੀਕਲ ਜਿਹੇ ਇੱਦਾਂ ਦੇ ਆ ਗਏ ਆਹ ਪਤਾ ਨਹੀਂ ਕਿਹੜੇ ਸਿਸਟਮ ਆ ਗਏ ਅਸੀਂ ਜਦੋਂ ਨਿੱਕੇ ਹੁੰਦੇ ਸੀ ਕਰਦੇ ਸੀਗੇ ਇਹ ਸ਼ੀਸ਼ੀ ਲੈ ਆਉਂਦੇ ਇਹਨੂੰ ਫਲਾ ਦੇਣਾ ਕਰ ਦੇਣਾ ਬਾਅਦ 'ਚੋਂ ਸਰਫ ਘੋਲ ਘੋਲ ਕੇ ਗੁਬਾਰੇ ਫਲਾਈ ਜਾਣੇ ਉਹਦੇ ਇੱਕ ਵਾਰੀ ਸ਼ੀਸ਼ੀ ਲਾਉਂਦੇ ਸੀ ਬਸ ਉਦੋਂ ਬਾਅਦ ਸਰਫ ਨਾਲ ਹੀ ਕੰਮ ਚੱਲਦਾ ਸੀ ਫਿਰ ਉਦੋਂ ਬਾਅਦ ਇੱਕ ਹੋਰ ਜਗਾੜ ਪਤਾ ਲੱਗਿਆ ਕੌਲੀ ਲਓ ਕੌਲੀ ਲਓ ਡੂੰਗੀ ਜਾਂ ਗਲਾਸ ਲਓ ਉਹਦੇ 'ਚ ਘੋਲੋ ਇੱਕ ਤਾਰ ਲਓ ਉਹਨੂੰ ਐਂ ਗੋਲ ਕਰਕੇ ਬਣਾ ਦਿਓ ਚਲੋ ਜੀ ਉਹਦੇ 'ਚ ਨਹੀਂ ਫੁੱਲਬਲੇ ਫੁੱਲ ਜਾਂਦੇ ਆ ਕਾਢ ਤਾਂ ਕੱਢ ਲਈ ਦੀ ਸੀ ਪਰ ਹੁਣ ਤਾਂ ਇੱਕ 'ਚ ਹੀ 10-10 ਐਂ ਮੋਰੇ ਜੇ ਹੁੰਦੇ ਆ ਉਹ ਲੰਬੀ ਜਿਹੀ ਪੈਪ ਹੁੰਦੀ ਇੱਕ ਵਾਰੀ ਫਲਾ ਕੇ ਐਂ ਕਰੋ 100-150 ਨਿਕਲ ਜਾਂਦਾ ਇੱਕੋ ਵਾਰੀ 'ਚ ਸਾਡੇ ਤਾਂ ਭਰਾਵਾ ਇੱਕ ਨਹੀਂ ਬੁਲਬਲਾ ਫੁੱਲਦਾ ਸੀ ਉਦੋਂ ਕੈਮੀਕਲ ਨਹੀਂ ਵਧੀਆ ਸੀ ਨਾ ਉਦੋਂ ਨਹੀਂ ਮਾਨੀ ਘੁੰਮਣਾ ਕਿਸ ਦਾ ਘੁੰਮਦੀ ਪਈ ਯਾ ਬਹੁਤ ਟੋਪੇ ਆ ਸਾਰਾ ਕੰਟੈਂਟ ਕੋਈ ਨੀ ਮੈਨੂੰ ਅਲੱਗ ਹੀ ਛਿੱਕ ਓਹੋ ਉਹ ਚੋਲਾਂ ਚਲਾ ਪਾ ਦੇ ਚੱਲਣਾ ਤਿਆਰੀ ਹੋਣ ਲੱਗੀ ਹੈ ਅੱਛਾ ਉਹ ਦੋਵੇਂ ਨੇ ਖੇਡਦੇ ਪਏ ਆ ਉਹ ਤੰਦੇ ਜਿਹੜੇ ਖੇਡਦੇ ਪਏ ਨੇ ਇੱਧਰ ਚੱਲ ਦੀ ਤਿਆਰੀ ਹੋਰ ਤੇ ਇੱਧਰ ਦੋਨੋਂ ਜਾਣੇ ਲੱਗੇ ਕੰਮ ਸਾਰਾ ਸਰਫੀ ਸਿੱਟ ਅੱਛਾ ਹਮਾਣੀ ਨਾਲ ਲਾ ਲਓਗੇ ਕੰਮ ਕਰਨ ਤੇਰਾ ਭਲਾ ਹੋ ਜੇ ਉਹ ਭਰਾਵਾ ਆਈ ਅਗਲੀ ਮੰਮੀ ਨੇ ਰੋਟੀ ਖਵਾਉਣੀ ਇਹਨੂੰ ਵੀ ਖਵਾ ਦਿਓ ਕੰਮ ਕਰਨ ਰੋਟੀ ਬਣਾਉਣ ਤੂੰ ਆਪਦੀ ਪ੍ਰੋਫੈਸ਼ਨਲ ਡਿਊਟੀ ਕਰੀ ਜਾਂਦਾ ਕਿ ਤੁਸੀਂ ਵੇਲਦੇ ਪਏ ਹੋ ਕੀ ਕਰਦੇ ਪਏ ਮੈਂ ਵੇਲਦੀ ਪਈ ਉਹ ਭਰਾਵਾ ਇਹਨੂੰ ਐਵੇਂ ਨਹੀਂ ਪਤਾ ਇਹ ਕਿੱਥੋਂ ਟੂਲ ਚੱਕ ਲੈਂਦਾ ਹੋਊਗਾ ਡਿਟਿੰਗਾਂ 'ਚ ਵੇਲਦੇ ਪਏ ਕੋਈ ਕੀ ਕਰਦੇ ਪਏ ਹੋ ਨਹੀਂ ਵਾਸ਼ਿੰਗ ਮਸ਼ੀਨ 'ਚ ਧੋ ਕੇ ਲਿਆਈ ਆਟਾ ਉਹ ਤੋਂ ਬਾਅਦ ਵੇਖੂ ਕੀ ਕਰਨਾ ਹਿਮਾਨੀ ਸੇਕਦੀ ਪਈ ਹੈ ਨਾ ਕੀ ਸੇਕਦੀ ਪਈ ਹੈ ਓਕੇ ਓਕੇ ਕੱਪੜਾ ਵੇਖ ਬੰਨੇ ਜੇ ਆਪਰੇਸ਼ਨ ਕਰਨਾ ਹੁੰਦਾ ਕਿਸੇ ਦਾ ਪਾਸੇ ਹੋ ਜਾ ਵੱਢ ਕੇ ਫੇਫੜਾ ਕੱਢ ਕੇ ਬਾਹਰ ਹੀ ਸਿੱਟ ਦੂੰਗੀ ਤਲ ਦੇਣਾ ਫੜ ਕੇ ਬੜਾ ਯਾਰ ਹੈ ਨਾ ਰਿਚ ਕੇ ਟਾਈਪ ਸਾਡੇ ਅਰਗਾ ਮੇਰੇ ਅਰਗਾ ਰੋਟੀਆਂ ਲਾਹ ਹੁੰਦਾ ਬਿਨਾਂ ਕੱਪੜਾ ਬੰਨੇ ਤੇ ਇੱਕ ਤਬਕਾ ਵੀ ਡਿੱਗਦਾ ਆਟੇ ਦਾ ਇਹ ਨਹੀਂ ਪ੍ਰੋਫੈਸ਼ਨਲ ਹੋਈਆਂ ਅਜੇ ਤਾਈਂ ਬਈ ਮੈਂ ਲਾਉਂਦਾ ਨਹੀਂ ਮੈਂ ਉੱਦਾਂ ਗੱਲ ਕਰਦਾ ਕਈ ਵਾਰੀ ਜਦੋਂ ਅਸੀਂ ਮੋਹਾਲੀ ਰਹਿੰਦੇ ਸੀਗੇ ਮੈਂ ਮੋਹਾਲੀ ਰਿਹਾ 105 ਸੈਕਟਰ 'ਚ ਬਥੇਰੇ ਪੜ ਕੇ ਲਾਏ ਅਸੀਂ ਤੂੰ ਢਾਬੇ ਤੇ ਖੜਾ
ਇੱਥੇ ਆਊਗੀ ਰੋਟੀ ਘਰੇ ਖਾ ਲਈ ਅੱਗ ਲੱਗੀ ਹੈ ਤੂੰ ਕਰ ਲਾ ਜਿਹੜੀ ਆਪਦੀ ਪ੍ਰੋਫੈਸ਼ਨਲ ਡੇਟਿੰਗ ਕਰਨੀ ਹੈ ਕਿੰਨਾ ਕੁ ਟਾਈਮ ਲੱਗ ਜੂ ਅੱਛਾ ਸਬਜ਼ੀ ਪੈਕ ਆ ਲੱਸੀ ਪੈਕ ਕਰ ਦਿਓ ਨਾਲ 15-20 ਮਿੰਟ ਹੈ ਨਾ ਕੀ ਗੱਲ ਹਮਾਨੀ ਦੀ ਮੰਮੀ ਨੂੰ ਦੱਸ ਕੇ ਆਏਗਾ ਜਾ ਕੇ ਹੁਣ ਕੇ ਓਕੇ ਠੀਕ ਹੈ ਠੀਕ ਹੈ ਤੇ ਇੱਧਰ ਚਾਵਲ ਵੀ ਬੋਇਲ ਹੋ ਰਹੇ ਆ ਮੈਨੂੰ ਲੱਗਾ ਦੁੱਧ ਧਰਿਆ ਉੱਪਰ ਤਾਂ ਕੀ ਰੋਟੀ ਲੱਥੀ ਹੈ ਨਾ ਤੁਹਾਨੂੰ ਟਾਈਮ ਦੇਣੇ ਆਪਾਂ ਤੇ ਬਾਕੀ ਹਿਮਾਨੀ ਤਾਂ ਰੋਟੀ ਖਾਧੀ ਇੱਧਰ ਮੈਂ ਕਿਹਨੂੰ ਖਾਧੀ ਦੀ ਨੇ ਪਹਿਲੇ ਦੀ ਖਾਣੀ ਹੈ ਨਾ ਹਿਮਾਨੀ ਨੂੰ ਸਵਾਦ ਲੱਗਦੀ ਹੈ ਹਿਮਾਨੀ ਨੂੰ ਅੱਜ ਖਾਵਾਂਗੇ ਮਟਰ ਤੂੰ ਆਪ ਖਾ ਲਾ ਪਹਿਲਾਂ ਮਟਰ ਮੰਗਦੀ ਨਾ ਹਿਮਾਨੀ ਮੈਂ ਚੱਲ ਮਟਰ ਦੀ ਗੱਲ ਕਰਦੀ ਚੱਲ ਅੱਛਾ ਅੱਛਾ ਕਿਉਂਕਿ ਉਹ ਵੀ ਉਦਾਂ ਮੈਨੂੰ ਪਸੰਦ ਹੈ ਵਧੀਆ ਲੱਗਦੀ ਆ ਠੰਡੀ ਰੋਟੀ ਆਪਾਂ ਰੱਖ ਲਈ ਰੋਟੀ ਖਾਣ ਲੱਗੇ ਹਾਂਜੀ ਉਹ ਭਰਾਵਾ ਕੋਈ ਬੰਦਾ ਬਹਿ ਕੇ ਗੱਲਾਂ ਹੀ ਮਾਰ ਲਏ ਉਹ ਦੋਨੇ ਜਣੀਆਂ ਆਪਸ 'ਚ ਬਣਾਈ ਜਾਂਦੀ ਰੋਟੀ ਗੱਲਾਂ ਮਾਰਦੀਆਂ ਤੂੰ ਵੀ ਇਹਦੇ ਨਾਲ 10 ਮਿੰਟ ਮਾਰ ਲਾ ਗੱਲਾਂ ਉੱਥੋਂ ਕਿਚਨ 'ਚ ਆਉਂਦਾ ਇਹਦਾ ਵਲੋਗ ਪਾ ਦਿੰਦਾ ਇਹ ਵਿਹਲਾ ਹੁੰਦਾ ਮਾਨੀ ਮੰਮੀ ਦਾ ਵਲੋਗ ਪਾ ਦਿੰਦਾ ਇਹਨੂੰ ਸਿਰਫ ਕੰਟੈਂਟ ਤਾਂ ਹੀ ਮਤਲਬ ਹੈ ਲੱਗ ਗਈ ਭੁੱਖ ਬਸ ਆ ਗਈ ਤੇ ਬਾਲੀ ਰੋਟੀ ਵੀ ਖਵਾਈ ਤੇ ਸਾਰੇ ਵਿਖਾ ਕੇ ਖਵਾਈ ਤੇ ਮਾਨੀ ਕੀ ਕੱਟ ਰਹੀ ਹੈ ਤੇ ਟਮਾਟਰ ਇੱਥੇ ਜਗ੍ਹਾ ਬੰਦਾ ਕਿ ਬਾਹਰ ਹੀ ਖਾਇਆ ਵੇ ਢਾਬੇ ਤੇ ਓਕੇ ਤੇ ਤੁਸੀਂ ਪੁੱਤਰ ਜੀ ਲਾ ਲਓ ਐਪਰਨ ਨੂੰ ਇਹ ਤੇਰਾ ਪੁੱਤਰ ਹੈਨਾ ਮੈਨੂੰ ਲੱਗਦਾ ਤੇ ਮਾਨੀ ਨੂੰ ਪੁੱਤਰ ਆਖੀ ਜਾਂਦਾ ਪੁੱਤਰ ਜੀ ਇਹ ਪੁੱਤਰ ਤਾਂ ਫਿਰ ਹਮਾਨੀ ਤਾਂ ਹਮਾਨੀ ਤਾਂ ਢਿੱਡ ਦੇ ਅੰਦਰ ਹੀ ਆ ਅਜੇ ਫਿਰ ਚੇਤਾ ਹੀ ਭੁੱਲ ਗਿਆ ਮੈਨੂੰ ਵੀ ਲੱਗਿਆ ਲੱਗਿਆ ਐਪਰਨ ਲਾ ਕੇ ਰੋਟੀ ਖਾਣੀ ਹੈ ਪਾ ਕੇ ਤੇ ਇੱਧਰ ਮਾਨੀ ਕੀ ਦੇ ਕੱਢਦੇ ਆ ਤੇ ਹੁਣ ਟਮਾਟਰ ਤੇ ਬਸ ਹੁਣ ਇੰਨਾ ਕੁ ਕੰਮ ਰਹਿ ਗਿਆ ਫਿਰ ਆਪਾਂ ਰੋਟੀ ਖਾਈਏ ਨਾ ਰੋਟੀ ਆਪਣੀ ਪਲੇਟ 'ਚ ਸੱਜ ਚੁੱਕੀ ਹੈ ਹੁਣ ਆਪਾਂ ਖਾਵਾਂਗੇ ਅੱਛਾ ਇਹ ਪ੍ਰੋਫੈਸ਼ਨਲ ਡੇਟਿੰਗ ਤੇ ਪਹੁੰਚ ਗਈ ਹੁਣ ਕਿ ਉਹ ਕਤਾਣਾ ਹਮਾਨੀ ਦੀ ਮੰਮੀ ਵੀ ਕਹਿੰਦੀ ਵੀ ਹਾਏ ਹਾਏ ਇੰਨਾ ਤਾਂ ਮੇਰਾ ਮੁੰਡਾ ਕੁੜੀ ਵੀ ਨਹੀਂ ਕਰਦਾ ਜਿੰਨਾ ਇਹ ਵਲੋਗਾਂ ਦੇ ਝੁਕਣੇ 'ਚ ਵੜੇ ਹੋਏ ਆ ਹਾਲੇ ਰੋਟੀ ਬਾਅਦ 'ਚੋਂ ਫੜਾਉਂਦੇ ਆ ਕੈਮਰਾ ਪਹਿਲਾਂ ਹੁਣ ਕਰ ਲੈਂਦੇ ਆ ਹੁਣ ਆਪਾਂ ਖਾਵਾਂਗੇ ਤੇ ਸਾਰਿਆਂ ਨੇ ਬੈਠ ਕੇ ਹੋਏ ਰੋਟੀ ਖਾਣ ਤੇ ਸਾਰਿਆਂ ਨੇ ਮਿੰਟੋ ਮਿੰਟ ਸਪੀਡਾਂ ਫੜ ਲਈਆਂ ਰੋਟੀ ਖਾਂਦੀਆਂ ਭੁੱਖ ਲੱਗੀ ਸਾਰਿਆਂ ਨੂੰ ਤੇ ਹੁਣ ਆਪਾਂ ਪਹਿਲਾਂ ਰੋਟੀ ਖਾ ਲਈਏ ਵਾਹ ਕਿੰਨਾ ਸੋਹਣਾ ਸੋਹਣੇ ਨੂੰ ਕਹਾਂ ਕਿ ਉਹ ਕੈਮਲ ਦੇ ਡੱਬੀ 'ਚ ਕੱਢੇ ਆ ਹਾਂਜੀ ਛੱਡੀ ਜਾਂਦਾ ਖਾਧਾ ਕੁਛ ਸਵਾਦ ਸਵਾਦ ਸਬਜ਼ੀ ਸਬਜ਼ੀ ਸਵਾਦ ਹੈ ਬਹੁਤ ਸਵਾਦ ਸਬਜ਼ੀ ਸਵਾਦ ਆ ਹਾਂਜੀ ਵਧੀਆ ਆਂਟੀ ਵਧੀਆ ਥੈਂਕ ਯੂ ਆਂਟੀ ਉਹ ਹਾਲੇ ਕਹਿੰਦੇ ਸਿਰਾ ਕਹਿੰਦੇ ਨੇ ਪਹਿਲੇ ਥੈਂਕ ਯੂ ਹੋ ਜਾਂਦਾ ਇਹਨਾਂ ਦਾ ਥੈਂਕ ਯੂ ਵੈਲਕਮ ਥੈਂਕ ਯੂ ਦੀ ਭੁੱਖ ਹੀ ਆ ਰੱਜੇ ਹੀ ਨਹੀਂ ਗਏ ਖਾ ਵੀ ਲਈ ਰੋਟੀ ਸੈਰਾਂ ਕਰਨ ਲੱਗ ਗਏ ਭਰਾਵਾ ਇੱਧਰ ਇਹ ਦੋਨੋਂ ਜਣੇ ਰੋਟੀ ਖਾ ਰਹੇ ਆ ਤੇ ਸ਼ੁਕਰ ਵਿਚਾਰੇ ਨੇ ਕੱਟ ਪਾਇਆ ਵਲੋਗ ਤੇ ਸੈਰ ਅਸੀਂ ਸਲੋ ਸਲੋ ਹੈ ਨਾ ਹੌਲੀ ਹੌਲੀ ਖਾਣਾ ਤੇ ਹਾਂਜੀ ਉਹ ਭਰਾਵਾ ਉਹਨਾਂ ਨੇ ਖਾ ਲਈ ਰੋਟੀ ਸੈਰ ਕਰੀ ਤੇ ਤੂੰ ਵੀ ਆਪਦੀ ਖਾ ਲਾ ਜਦੋਂ ਉਹ ਰੋਟੀ ਪਾਉਂਦੀ ਸਬਜ਼ੀ ਪਾਉਂਦੇ ਨਾਲ ਦੇ ਨਾਲ ਕੈਮਰਾ ਕੱਢ ਲੈਂਦਾ ਹਾਂਜੀ ਯਾਰ ਇਹ ਤਾਂ ਬਹੁਤ ਬੋਰਿੰਗ ਬੰਦਾ ਦੀਮ ਥਾੜੂ ਦਾ ਵੀ ਉੱਤੇ ਆ ਤਾਂ ਇਹਨਾਂ ਦਾ ਬਾਬਾ ਵੀ ਨਹੀਂ ਦੂਰ ਕਰਦਾ ਕੋਈ ਗੱਪ ਮਾਰਦਾ ਸਰਪੰਚ ਤਾਂ ਇਹ ਤਾਂ ਅੱਛਾ ਹੁਣ ਵਾਕ ਕਰਨ ਲੱਗੇ ਹੋਏ ਡਾਈਜੈਸਟ ਉਹ ਨੇ ਸਵਾਸ ਸਵਾਸ ਖਾ ਲਈ ਹੈ ਥੋੜਾ ਐਕਸਟਰਾ 7 ਬੈਂਡ ਵਾਲੀ ਕਰੀ ਜੀ ਸੈਰ ਲੱਗਾ ਹੈ ਕਰਨ ਸ਼ਰਮਾ ਫਸਟ ਉਹ ਇੰਨਾ ਚ ਰੇਸ ਲੱਗਦੀ ਦੋਨਾਂ ਚ ਹੁਣ ਇਹਨਾਂ ਦੋਨਾਂ ਚ ਪਹਿਲਾਂ ਕੌਣ ਖਾਂਦਾ ਮੈਂ ਲੈ ਮੌਕੇ ਮੈਂ ਬਹੁਤ ਸਲੋ ਆ ਰੋਟੀ ਖਾਣ ਰੋਟੀ ਖਾਣ ਤੋਂ ਬਾਅਦ ਕਦੇ ਵੀ ਸੈਰ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਇਹ ਨਹੀਂ ਪਤਾ ਕਈ ਇਹਨਾਂ ਰੋਟੀ ਖਾਣ ਤੋਂ ਬਾਅਦ ਲੱਗ ਜਾਂਦੇ ਤੇਜ਼ ਤੇਜ਼ ਦਾ ਕੱਢੀ ਜਾਓ ਜਿਵੇਂ ਕੱਢੀ ਹੁੰਦੇ ਗੇੜੇ ਆਰਾਮ ਨਾਲ ਮਾੜਾ ਮੋਟਾ ਤੁਰ ਲਓ ਐਂ ਕਿਵੇਂ ਡਾਈਜੈਸਟ ਹੋ ਜੂਗਾ ਯਾਰ ਪਰ ਹਾਂ ਲਿਟਣਾ ਨਹੀਂ ਚਾਹੀਦਾ ਬਹਿ ਜਾਓ ਪਾਣੀ ਨਹੀਂ ਪੀਣਾ ਚਾਹੀਦਾ ਕੋਈ ਆਖਦਾ ਪਹਿਲਾਂ ਪੁਰਾਣਾ ਯਾਰ ਗਲਾਸ 'ਚ ਪਾਣੀ ਮੈਂ ਕਹਿੰਦਾ ਥਾਲੀ ਨਹੀਂ ਪੂਰੀ ਹੁੰਦੀ ਸੀ ਬਿਨਾਂ ਪਾਣੀ 'ਚੋਂ ਤਾਂ ਨਾਲ ਆਉਂਦਾ ਸੀ ਪੁਰਾਣੇ ਬੁੜਿਆਂ ਨੂੰ ਅੱਜ ਵੀ ਫਿਰਦੇ 80-80 ਸਾਲ ਦੇ ਆਪਣੇ 50 ਵੀ ਨਹੀਂ ਪਤਾ 40 ਦੇ ਪਟਾਕੇ ਡੰਨ ਹੋਏ ਪਏ ਸਾਰਿਆਂ ਦੇ ਅੰਤ ਵਿਚਾਰਿਆਂ ਦੇ ਮਲਾਈ ਚਾਪ
ਮੇਰਾ ਇਦਾਂ ਕੁਛ ਨੀ ਮੈਂ ਸਾਰਾ ਹੀ ਰੋਟੀ ਭਰਾਵਾ ਤੂੰ ਘਰਾਂ ਆਈ ਉਹਦਾ ਵਿਹਲਾ ਨਾ ਯਾਰ ਸੱਚੀ ਇੱਕ ਲੰਮਾ ਲਈਏ ਹਾਂਜੀ ਆਪਾਂ ਰੋਟੀ ਪਾਣੀ ਖਾ ਕੇ ਰੋਟੀ ਗੱਪ ਨਾ ਮਾਰਿਆ ਕਰਾਂ ਆਖਿਆ ਕਰ ਹਾਂਜੀ ਜੀ ਆਪਾਂ ਵਲੋਗ ਅੱਧਾ ਬਣਾ ਕੇ ਫਰੀ ਹੋ ਚੁੱਕੇ ਹਾਂ 17 ਮਿੰਟ ਦਾ ਵਲੋਗ ਟੱਪ ਗਿਆ ਰੋਟੀ ਆਏ ਆ ਘਰੇ ਗੱਲਾਂ ਮਾਰੀਆਂ ਅਤੇ ਰੋਟੀ ਸਬਜ਼ੀ ਖਾਧੀ 17 ਮਿੰਟ ਕਹਿਣਾ ਸੌਖਾ ਪਿਆ 17 ਮਿੰਟ ਵੈਸੇ ਹੁਣ ਤੇਰੀ ਸ਼ਕਲ ਵਿਖੀ ਹੈ 17 ਮਿੰਟਾਂ ਬਾਅਦ ਹੁਣ ਵੀ ਕੀ ਲੋੜ ਸੀ ਗਾਂ ਹੀ ਵਿਖਾ ਦਿੰਦੇ ਐਂਡ ਤੇ ਸਬਸਕ੍ਰਾਈਬ ਬਟਨ ਮੰਗਣ ਲੱਗਿਆ ਹੋ ਗਏ ਆ ਤੇ ਹੁਣ ਆਪਾਂ ਲਾਉਣ ਲੱਗੇ ਹਾਂ ਮਹਿਫਿਲ ਮਹਿਫਿਲ ਕਿੱਦਾਂ ਕਿ ਆਪਾਂ ਸਾਰੇ ਜਿਹੜੇ ਗਾਣਾ ਸੁਣਾਵਾਂਗੇ ਠੀਕ ਹੈ ਸਾਰੇ ਜਿੱਦਾਂ ਦੀ ਮਰਜ਼ੀ ਆਵਾਜ਼ ਆ ਕੋਈ ਚੱਕਰ ਨਹੀਂ ਤੇ ਆਪਾਂ ਮਹਿਫਿਲ ਲਾ ਗਾਣੇ ਸੁਣ ਲਈਏ ਪਹਿਲਾਂ ਇਹਨਾਂ ਦੇ ਸੁਣਨੇ ਗਾਣੇ ਹੋਣਗੇ ਹਿੰਦੀ ਪਲੱਸ ਪੰਜਾਬੀ ਪਲੱਸ ਹਿਮਾਨ ਪਲੱਸ ਹਿਮਾਨ ਨੇ ਇੰਗਲਿਸ਼ ਸੌਂਗ ਗਾਣਾ ਹੈ ਤੇ ਫਿਰ ਹੁਣ ਆਪਾਂ ਸੁਣਦੇ ਗਾਣੇ ਤੇ ਤੁਹਾਨੂੰ ਵੀ ਨਾਲ ਨਾਲ ਆਪਾਂ ਐਂਟਰਟੇਨਮੈਂਟ ਕਰਾਉਂਦੇ ਆ ਸੋ ਕਰੀਏ ਸ਼ੁਰੂ ਕਰੀਏ ਸ਼ੁਰੂ ਹਾਂਜੀ ਕਰੀਏ ਸ਼ੁਰੂ ਚਲੋ ਚਲੋ ਹਾਂਜੀ ਸੋ ਹੁਣ ਪਹਿਲਾਂ ਦੀ ਮਹਿਫਿਲ ਲਾਣਗੇ ਪਹਿਲਾਂ ਦੀ ਗਾਣਾ ਸੁਣਾਉਣਗੇ ਹਿੰਦੀ ਸੌਂਗ ਸੁਣਾਉਣ ਲੱਗੇ ਆ ਸੋ ਸਾਰੇ ਬਹਿ ਗਏ ਆ ਦੀਦੀ ਗਾਉਂਦੇ ਵੀ ਆ ਮਿਅੰਕ ਵੇਖੀ ਐਂ ਕਰੀ ਜਾਂਦਾ ਤੇਰੀ ਕੀ ਘਰ ਵਾਲੀ ਉਹ ਅੱਲ ਅੱਛਾ ਦੀਦੀ ਗਾਈ ਜਾਂਦੇ ਆ ਮਿਊਟ ਕਾਹਤੋਂ ਕੀਤਾ ਦੱਸ ਲੈ ਆਪ ਹੀ ਸੁਣੀ ਜਾਂਦੇ ਜਾਂ ਤਾਂ ਸੀਨ ਹੀ ਨਾ ਪਾਉਂਦੇ ਪਰ ਵਲੋਗ ਕਿਵੇਂ ਲੰਬਾ ਹੋਣਾ ਸੀ ਇਹ ਵੀ ਯਾਬੀ ਹੈ ਆਹ ਸਮਝ ਵੀ ਲੱਗੀ ਗਾਇਆ ਕੀ ਦੀਦੀ ਨੇ ਦੀਦੀ ਮੰਮੀ ਘੱਟ ਫਰੈਂਡ ਜ਼ਿਆਦਾ ਹੈ ਨਾ ਕੀ ਗਾਈ ਜਾਂਦੇ ਆ ਪਰ ਕੀ ਜਰਦਾ ਲਾਉਣਾ ਸਿਖਾਈ ਜਾਂਦੇ ਆ ਆਹ ਤਾਂ ਗਲਤ ਗੱਲ ਆ ਜਾਂ ਤਾਂ ਇਹਨੂੰ ਸੀਨ ਨੂੰ ਨਾ ਪਾਉਂਦਾ ਫਿਰ ਜੇ ਮਿਊਟ ਹੀ ਕਰਨਾ ਇਸ ਤਰ੍ਹਾਂ ਭੋਰ ਹੀ ਜਾਂਦਾ ਵਲੋਗ ਲੰਬਾ ਕਰਨ ਦੇ ਤਰੀਕੇ ਭਾਲਦਾ ਸਹੀ ਦੱਸਾਂ ਜੇ ਮੈਂ ਅੱਗੇ ਕਰਨਾ ਪੈਣਾ ਸੀਨ ਹੁਣ ਮੈਨੂੰ ਆ ਗਿਆ ਓਏ ਆ ਗਿਆ ਗਾਉਣ ਲੱਗੇ ਆਂਟੀ ਹੁਣ ਫਿਰ ਉਹਦਾ ਪਾਣੀ ਖੜਾ ਵਿਚਾਰੀ ਦਾ ਉਹ ਤਾਂ ਸ਼੍ਰੇਆ ਘੋਸ਼ਾਲ ਬਣੀ ਫਿਰਦੀ ਆਂਟੀ ਤਾਂ ਆਹ ਕਿੱਧਰ ਆ ਗਿਆ ਰਮੇਸ਼ ਰਸ਼ਮੀਆਂ ਵਿੱਚ ਗਰੀਬਾਂ ਦਾ ਗਰੀਬਾਂ ਦਾ ਆਂਸਰ ਆ ਆਂਸਰ ਹੀ ਆ ਓਏ ਆਂਟੀ ਤਾਂ ਵਾਕਈ ਸਿੰਗਰ ਉੱਪਰ ਆਵਾ ਕਿਤੇ ਹੁਣ ਆਂਟੀ ਦੇ ਵਲੋਗ ਹੀ ਨਾ ਪਾਉਣ ਲੱਗ ਜਾਏ ਮੰਮੀ ਗਾਣਾ ਸੁਣਾ ਦਿਓ ਕੋਈ ਜਿੱਦੇ ਵਿਹਲਾ ਹੋਵੇ ਕੰਟੈਂਟ ਨਾ ਹੋਵੇ ਮੰਮੀ ਗਾਣਾ ਸੁਣਾ ਨਹੀਂ ਓਏ ਮੈਂ ਸਲਾਮਾਂ ਨਹੀਂ ਦੇਣੀਆਂ ਮੱਛਰ ਜਾਂਦਾ ਫਿਰ ਮੇਰੀਆਂ ਸਲਾਮਾਂ ਓ ਯਾਰ ਤੁਸੀਂ ਕਹਿਣਾ ਚਲੋ ਅੱਗੋ ਆਪਣੀ ਤਾੜੀ ਗਲਾਸ ਰੱਖ ਦੇ ਕਰਾਂ ਤੂੰ ਕਿਹੜਾ ਟੀ ਸੀ ਡੀ ਸਟੂਡੀਓ 'ਚ ਬੈਠੀ ਆ ਵੀ ਗਲਾਸ ਬਿਨਾਂ ਗੱਲ ਹੀ ਨਹੀਂ ਬਣਨੀ ਮੈਨੂੰ ਸਮਝ ਨਹੀਂ ਆਉਂਦੀਆਂ ਬਾਹਰ 'ਚ ਰੀਲਾਂ ਵਾਲੀਆਂ ਇਹ ਕੋਈ ਰੀਲ ਪਾਉਣੀ ਹੁੰਦੀ ਹੈ ਸਟਾਰਬਕ ਦੇ ਕੱਪ ਲਾ ਲਓ ਉਹ ਜੀਵਨ ਪ੍ਰਭ ਵਾਲੀ ਲਾ ਲਓ ਇੰਜਲ ਲਾ ਲਓ ਸੁਨੇਹਾ ਲਾ ਲਓ ਹੋਰ ਵੀ ਲੱਲੀ ਫੱਲੀ ਜਿਹੜੀ ਵੀ ਆ ਉਹ ਉਹਨਾਂ ਦੇ ਕੱਪ ਹੱਥ 'ਚ ਹੁੰਦਾ ਹੀ ਹੁੰਦਾ ਹਮੇਸ਼ਾ ਕੋਈ ਇੱਕ ਅੱਧੇ ਰੀਲ 'ਚ ਫੜ ਲਿਆ ਠੀਕ ਆ ਖਾਲੀ ਕਹਿਣ ਲਿਆ ਕੇ ਰੱਖ ਲੈਣੀ ਆ ਘਰੇ ਜਦੋਂ ਰੀਲ ਪਾਣੀ ਹੈ ਠੰਡ ਲੱਗਦੀ ਕੁਛ ਪਾ ਲਿਆ ਕਰੋ ਉਦਾਂ ਸਕਰਟਾਂ ਪਾ ਕੇ ਫਿਰਦੀਆਂ ਰਹਿਣਗੀਆਂ ਬਾਅਦ 'ਚੋਂ ਐਂ ਕਰੀ ਜਾਣਗੀਆਂ ਲੱਛਣ ਨਾ ਸੂਤ ਆ ਇਹਨਾਂ ਦੇ ਕਿਤੇ ਬਹੁਤ ਵਧੀਆ ਪ੍ਰੋਪਰ ਆਵਾਜ਼ ਨਾ ਕੱਢੀ ਹੋਈ ਬਹੁਤ ਵਧੀਆ ਲੱਗਦਾ ਪਹਿਲਾਂ ਹੁਣ ਸੁਣਾਊਗਾ ਮਿੰਕੂ ਗਾਣਾ ਹਾਂਜੀ ਹੁਣ ਮਹਿਫਿਲ ਅਗਲੀ ਲਾਣਗੇ ਮਿੰਕੂ
पूरी तुकी पेला बलिए डक लैन गिया किते सानू जेला बलिए दुख देखना लड़ना दे जल गाने भुले डक लैन गिया जेलों बलिए पंजाब पुलिस फड़ ले मिन्ता करदा बई छड़ दो मेरा चलान ना कटे डक लैन गिया जेलों बलिए पर ना मेरा ड्रीम है जो मैं गाना गुना कटा ना कोई तो मैं आने कहना भरा मैं पूरे नेरे खिला दे मैं कहना स्टूडियो के भाई मैं पूरे नेरे खिला दे क्या मैं नेरे चला मैं कोई लिखे ना पर ना मैं गाना गा सकूं चलो हुन नेक्स्ट ਕੁੱਕੜੀ ਖਾਨੇ ਛੱਡ ਦੂ ਉਦੇ ਤੈਨੂੰ ਨੇਰੇ ਚ ਖਲਾਰ ਦਿਲ ਤੂੰ ਅੱਛਾ ਤੇਰਾ ਡ੍ਰੀਮ ਵੀ ਹੈ ਗਾਉਣਾ ਤੇਰਾ ਪਲਾ ਹੋ ਜੇ ਸੁਪਨੇ ਹੀ ਬੜੇ ਵੱਡੇ ਮਾਨੀ ਹਾਂਜੀ ਹੁਣ ਮਹਿਫਿਲ ਲਾਣ ਗਈ ਮਾਨੀ ਹੋ ਰਮਨ ਜੀ ਸੋ ਆ ਜਾਓ ਹਾਂਜੀ ਚਲੋ ਸਾਡੀ ਨਾ ਪਹਿਲੀ ਕਹਿੰਦੀ ਆਵਾਜ਼ ਵੀ ਠੀਕ ਠਾਕ ਹੀ ਆ ਐਵੇਂ ਨਾ ਇਹ ਸੋਚੋ ਮਾਨ ਤੇ ਇੱਥੇ ਕਿਹੜਾ ਕੰਪੀਟੀਸ਼ਨ ਚੱਲੀ ਨੇ ਕੱਪ ਮਿਲਣਾ ਤੁਹਾਨੂੰ ਆਵਾਜ਼ ਠੀਕ ਠਾਕ ਹੀ ਆ ਵਲੌਗ ਵੇਖ ਕੇ ਤੁਹਾਨੂੰ ਕੋਈ ਨਹੀਂ ਸਿਲੈਕਟ ਕਰਨ ਲੱਗਿਆ ਗਾਉਣ ਦੇ ਚੱਕਰ 'ਚ ਵੀ ਛੱਡੋ ਵਲੌਗ ਆਓ ਤੁਸੀਂ ਗਾਓ ਗਾਣਾ ਗਾਓ ਜੀ ਹਾਂ ਚਲੋ ਚਲੋ ਮਿਲਕ ਗਾਉਣ ਲੱਗੇ ਉੱਡ ਜਾ ਕਾਲੇ ਕਾਵਾਂ ਤੇਰੇ ਮੂੰਹ ਵਿੱਚ ਖੰਡ ਪਾਮ ਸੋਰੀ ਪੱਤੀ ਪਾਮ ਪੱਤੀ ਦੇ ਸ਼ਕੀਨ ਹਨ ਚਲੋ ਫੇਰ ਦੁਬਾਰਾ ਤੁਸੀਂ ਤੇ ਨਾਂ ਦੋ ਆਹੀ ਆ ਦੋ ਇਹ ਤਾਂ ਐਂ ਕਰਦੇ ਜਿਵੇਂ ਤਕਸ਼ਰੀ ਖੇਡਦੇ ਹੁੰਦੇ ਟ੍ਰਿਪ ਤੇ ਚੱਲਦੇ ਨਹੀਂ ਹੁੰਦੇ ਉਹ ਗੋਦੇ ਹੁੰਦੇ ਯੇ ਹਮਾਨੀ ਤੇਰੇ ਆਹ ਕੀ ਸਟੀਲ ਹੈ ਵੀ ਇੱਧਰ ਸਟੀਲ ਕਹੀ ਨਾ ਆਹ ਕੀ ਚੀਜ਼ ਹੈ ਵੀ ਇੱਧਰੋਂ ਆਹ ਜਾਂਦੀ ਚੀਜ਼ ਇੱਧਰੋਂ ਪਲੇਨ ਦੋ ਦੋ ਤਰਫਾ ਸ਼ਕਲ ਦੇਖਦੀ ਹੈ ਦੋਸਤੀ ਹਮ ਨਹੀਂ ਛੋੜੇਂਗੇ ਐਵੇਂ ਨਾ ਕਰੋ ਅੱਗੇ ਗੋਪੀ ਖਾਪੜੇ ਥੋੜੀ ਕਹਿੰਦਾ ਭਰਾ ਨਾਲ ਮੈਂ ਨਹੀਂ ਕਦੇ ਛੱਡਣਾ ਮਹੀਨਾ ਨਹੀਂ ਪਿਆ ਉਹਨਾਂ 'ਚ ਇੱਕ ਤਾਂ ਸਮਝ ਨਹੀਂ ਆਉਂਦਾ ਯਾਰੀਆਂ ਦੇ ਪ੍ਰੂਫ ਕਿਉਂ ਦੇਣ ਲੱਗ ਜਾਂਦੇ ਆ ਮੈਂ ਆਵਾਜ਼ ਕੱਢਾਂ ਕੁੜੀਆਂ ਦੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਹੈੱਡਫੋਨ ਲਾ ਕੇ ਸੁਣਦੇ ਮੇਰੀ ਆਵਾਜ਼ ਜਮ੍ਹਾਂ ਕੁੜੀਆਂ ਵਰਗੀ ਮੈਂ ਬਥੇਰੇ ਦੀ ਕੱਢੀ ਆਵਾਜ਼ ਕੁੜੀਆਂ ਦੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਬਹੁਤ ਵਧੀਆ ਕਲੈਪਿੰਗ ਕਰੋ ਬਈ ਹੁਣ ਬਹੁਤ ਟੈਂਟ ਹਾਂਜੀ ਮੈਂ ਥੋੜਾ ਜਿਹਾ ਨਰਵਸ ਹਾਂ ਮਿੰਤਰ ਤੇ ਸ਼ੱਕ ਹੋਣ ਲੱਗ ਗਿਆ ਤੂੰ ਨਰਵਸ ਹੈ ਮੈਂ ਥੋੜਾ ਜਿਹਾ ਨਰਵਸ ਹਾਂ ਹਾਂਜੀ ਥੋੜਾ ਕਨਫਿਊਜ਼ ਕਿਉਂਕਿ ਇੰਨੇ ਵੱਡੇ ਵੱਡੇ ਮਹਾਨ ਨੇ ਸਾਨੂੰ ਸਿੰਗਰ ਬੈਠੇ ਹੋਏ ਨੇ ਵੈਸੇ ਸਿੰਗਰ ਕਦੀ ਨਰਵਸ ਹੁੰਦੇ ਨਹੀਂ ਹੈਗੇ ਸਹੀ ਗੱਲ ਹੈ ਹਿੱਲ ਗਿਆ ਸੀ ਫੋਨ ਵੇਖ ਲਾ 7 ਵਜੇ ਵਲੌਗ ਸ਼ੁਰੂ ਹੋਇਆ 5 ਵਜੇ ਤੇ ਮੁੱਕ ਵੀ ਜਾਣਾ 37-36 ਮਿੰਟ ਦਾ ਵਲੌਗ ਬਣਾ ਦੇਣਾ ਵਾਹ ਟੈਲੈਂਟ ਹੈ ਜੇ ਸਵੇਰ ਤੜਕੇ 7 ਵਜੇ ਉੱਠ ਕੇ ਲੱਗੇ ਤਾਂ ਵੈਬ ਸੀਰੀਜ਼ ਦਾ ਲਾਂਚ ਕਰਿਆ ਕਰੇ ਵਾਹਿਗੁਰੂ ਵਾਹਿਗੁਰੂ ਇਹਦੇ 'ਚ ਕੀ ਸ਼ਬਦ ਗਾਉਣ ਲੱਗਿਆ ਹੁਣ ਵਾਹਿਗੁਰੂ ਲੈ ਹੁਣ ਐਂ ਨਾ ਆਖਿਓ ਵੀ ਅਸੀਂ ਪ੍ਰੋਫੈਸ਼ਨ ਵਾਲਾ ਤਾਂ ਅਸੀਂ ਰੱਬ ਦਾ ਨਾਂ ਲੈਣੇ ਲੈਣੇ ਕੋਈ ਪ੍ਰੋਫੈਸ਼ਨ ਨਹੀਂ ਤੁਸੀਂ ਇਸ ਕੰਮਾਂ 'ਚ ਸੁਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਸੈਰ ਸੌਂ ਸਾਰੇ ਜਾਣੇ ਆਪਣੀ ਆਪਣੀ ਅੱਖਾਂ ਬੰਦ ਕਰ ਲਓ
ਅੱਖਾਂ ਬੰਦ ਕਰੇ ਚੁੱਕੀ ਹੈ ਠੀਕ ਆ ਠੀਕ ਆ ਸ਼ੁਰੂ ਕਰੋ ਸੈੱਟ ਕੀਤਾ ਲੱਛਣ ਹੀ ਹੈ ਨਾ ਇੱਕ ਵਾਰ ਸਾਰੇ ਆਦਤ ਗਾਣਾ ਜੋ ਮੇਰਾ ਆਲ ਟਾਈਮ ਫੇਵਰਿਟ ਆ ਨਿੰਜੇਰਾ चलो कैसी ये है दूरियां कोई हाल ही नहीं आज भी तू आया ना एक इनू कहिए ना आज भी ना आया होना कल भी नहीं कूड़े वाले नु आखी है ना के कोई केबल वाला कोई होर बेल वाला आज भी तू आया ना दूना कल भी नहीं दूना कल भी नहीं मेल पाके देख लंदा एक करी ਚਿੱਠੀਆਂ ਵੀ ਪਈਆਂ ਮੈਂ ਜਿਹੜੇ ਚੋਲ ਖਾਧੇ ਹੁਣੇ ਕੱਢੂ ਪੱਕਾ ਲੱਗ ਚਿੱਠੀਆਂ ਵੀ ਪਈਆਂ ਮੈਂ ਤੂੰ ਤਾਂ ਪੜੀਆਂ ਹੀ ਨਹੀਂ ਕਾਹਦਾ ਇਹ ਮਿਲਣਾ ਜੇ ਗੱਲਾਂ ਕਰੀਆਂ ਹੀ ਨਹੀਂ ਸੋਚ ਸੋਚ ਦਿਨ ਮੁੱਕ ਜਾਂਦੇ ਵੇ ਤੇਰੇ ਲਾਰੇ ਨਹੀਂ ਮੁੱਕਦੇ ਲੱਖ ਮਨਾ ਲਿਆ ਦਿਲ ਨੂੰ ਮੇਰੇ ਹੰਝੂ ਨਹੀਂ ਰੁਕਦੇ वे हुन मेरी जान रुक गया दिल मेरा भी कर दे छड दे ओ कहंदे है किसी दे काम दा मजाक ना बढ़ाओ पर इन्हां दा काम नहीं है तां हास आउंदा पिया जे यही कोर वाला मान गावे किथे हास आवे दिल मेरा भी कर दे छड दा पर तेरी आदत पै गई किदी आदत पै गई है एक मानी दिल मेरा भी कर दे छड दा पर तेरी आदत पै गई अखां बंद करके किवें गोंदा है यार पूरी दुनिया चल रहा देओ इन कुंडे वाला कप इकट्ठा करके ਵਲੌਗਰਾਂ ਦੀ ਇੱਕ ਚੀਜ਼ ਵੇਖੀ ਆ ਇਹਨਾਂ ਨੂੰ ਆਪਦੀ ਤਾਰੀਫ ਕਰਨ ਲਈ ਪੁੱਛਣਾ ਪੈਂਦਾ ਕਿੱਦਾਂ ਲੱਗਿਆ ਕਿੱਦਾਂ ਸਬਜ਼ੀ ਸਵਾਦ ਸੀ ਬਹੁਤ ਸਵਾਦ ਸੀ ਕੋਈ ਆਪੇ ਇਹਨੇ ਤਾਰੀਫ ਕਰਕੇ ਖੁਸ਼ ਹੀ ਨਹੀਂ ਇਹਨੇ ਜ਼ਿੰਦਗੀ 'ਚ ਰਹਿ ਹੀ ਭੁੱਖ ਗਈ ਹੈ ਸਬਜ਼ੀਆਂ ਦੀ ਤਾਰੀਫਾਂ ਦੀ ਮੈਂ ਤਾਂ ਬੋਲਦਾ ਪਹਿਲੇ ਇੰਟਰਵਿਊ ਇਹਨਾਂ ਨੇ ਦੇ ਤੇ ਕੈਨੇਡਾ ਦੇ ਰਿਲੇਟਡ ਹੋ ਸਟਾਕ ਤੇ ਪਤਾ ਨੀ ਕਿਹੜੀ ਹਾਂ ਜੋ ਸਟਾਕ ਤੇ ਇਹ ਆ ਗਏ ਤੇ ਹੋਰ ਵੀ ਬਥੇਰੀਆਂ ਥਾਵਾਂ ਤੇ ਆ ਗਏ ਗਾਣਾ ਵੀ ਆ ਗਿਆ ਪ੍ਰੋਫੈਸ਼ਨਲ ਐਡੀਟਰ ਵੀ ਆ ਮੈਂ ਐਡ ਲੈਣ ਜਾਂਦੀ ਹੈ ਐਡ ਨੇ ਫੜਾਨੀ ਹੈ ਸਾਰੇ ਕੰਮ ਹੀ ਕਰ ਲੈਂਦੇ ਛੱਡਿਆ ਕੋਈ ਕੰਮ ਇੱਕ ਸਿੰਗਰਾਂ 'ਚ ਇਹ ਕੀ ਹੁੰਦਾ ਇਹ ਕੀ ਮਤਲਬ ਕੀ ਮੈਨੂੰ ਸੱਚੀ ਨਹੀਂ ਪਤਾ ਇਹ ਚੀਜ਼ ਦਾ ਮਤਲਬ ਕੋਈ ਵੀ ਸਿੰਗਰ ਗਾਣਾ ਗਾਉਂਦਾ ਨਾ ਸਿੱਧਾ ਨਹੀਂ ਗਾਉਂਦਾ ਨਹੀਂ ਗਾਉਂਦਾ ਸਾਥ ਚੈੱਕ ਕਰਦੇ ਜਾ ਤੂੰ ਜਸ਼ਨ ਭਰੀ ਤੂੰ ਵੇ ਤੇਰੇ ਬਿਨ ਰਹਿਣਾ ਵੀ ਸਿੱਖ ਲਾਂਗੇ ਇਹ ਨਾ ਸੋਚੀ ਸਾਰੀ ਜ਼ਿੰਦਗੀ ਰੋਣਾ ਹੀ ਸਿਰ ਲਿਖ ਲਾਂਗੇ ਹਾਂ ਇਹ ਨਾ ਸੋਚੀ ਸਾਰੀ ਜ਼ਿੰਦਗੀ ਰੋਣਾ ਹੀ ਸਿਰ ਲਿਖ ਲਾਂਗੇ ਡਰ ਤੂੰ ਵੀ ਇੱਕ ਗੱਲ ਤੋਂ ਜ਼ਰੂਰ ਕਿਤੇ ਮੈਂ ਤੈਨੂੰ ਭੁੱਲ ਹੀ ਨਾ ਜਾਵਾਂ ਕਿਤੇ ਭੁੱਲ ਹੀ ਨਾ ਜਾਵਾਂ ਚੰਨਾ ਐਵੇਂ ਮੈਥੋਂ ਹੋ ਜੀ ਸ਼ੱਕ ਹੁੰਦਾ ਮੈਨੂੰ ਇੱਥੇ ਗੱਲ ਕਰ ਹਾਏ ਮੈਂ ਰੁੱਲ ਹੀ ਨਾ ਰੁੱਲ ਹੀ ਨਾ ਜਾਵਾਂ ਥੈਂਕ ਯੂ ਥੈਂਕ ਯੂ ਜੀ ਬੜਾ ਤੂੰ ਗਾਣੋ ਪੀ ਵੀ ਆਰ ਦੀ ਸਟੇਜ 'ਤੇ ਖੜ ਥੈਂਕ ਯੂ ਜੀ ਥੈਂਕ ਯੂ ਸੋ ਮਚ ਗਾਇਸ ਥੈਂਕ ਯੂ ਤੁਹਾਡਾ ਪਿਆਰ ਲਿਆਓ ਕੁੰਡੇ ਵਾਲਾ ਕੱਪ ਕਿੱਥੇ ਆ ਅੱਛਾ ਤੂੰ ਸਿੰਗਰ ਵੀ ਰਿਹਾ ਪ੍ਰੋਫੈਸ਼ਨਲ ਐਡੀਟਿੰਗ ਕਦੋਂ ਤੋਂ ਸ਼ੁਰੂ ਕੀਤੀ ਕਦੋਂ ਨਾ ਕੰਮ ਹੀ ਬੜੇ ਆ ਪੁੱਛ ਪੁੱਛ ਨਾ ਬੰਦਾ ਸਟੇਜ ਤੇ ਆ ਗਏ ਨੇ ਜਸ ਮੱਲੀ ਜੀ ਤੇ ਮੰਕ ਸ਼ਰਮਾ ਜੀ ਪਾਂਡੂ ਗਾਣਾ ਗਾਵਾਂਗੇ ਸੋਲੋ ਵਿੱਚ ਨਾ ਮੋਦੀ ਸਾਰੇ ਬੈਠੇ ਹੀ ਕਰਾ ਲਈ ਬੇਤੀ ਤੇ ਆਪਾਂ ਮਤਲਬ ਸਿੰਗਰ ਕਰਾਂਗੇ ਇਹ ਸੱਚੀ ਸਟੇਜ ਤੇ ਚੜ ਕੇ ਗੰਦ ਚੱਪਲਾਂ ਮਾਰਨ ਲੋਕ ਇਹਨਾਂ ਦੇ ਦੂਰੋਂ ਹੀ ਆਵੇ ਚਲਾਵੀ ਰਕ ਸੁਣਨ ਵਾਲੀ ਤੇ ਅਸੀਂ ਚਲਦੀ ਦੋਨੇ ਨੇ ਸੌਂਗ ਲੈ ਕੇ ਆਏ ਨੇ ਸੌਂਗ ਲੈ ਕੇ ਆਏ ਬਹੁਤ ਤਕੜਾ ਸਰਪ੍ਰਾਈਜ਼ ਹੋਣ ਵਾਲਾ ਹੈ ਤੇ ਅਸੀਂ ਦੁਬਈ ਦੀ ਵੀਡੀਓ ਸ਼ੂਟ ਕਰਨ ਆਏ ਹਾਂ ਇਹ ਹਿਸਾਬ ਨਾਲ ਬੰਦਾ ਰਸ ਘਟ ਹੋਵਾਂਗੇ ਓਏ ਤੁਸੀਂ ਮੋਹਾਲੀ ਤੋਂ ਘੰਟਾ ਦੂਰ ਜਾਣਾ ਹੁੰਦਾ ਤੁਸੀਂ ਉਦੋਂ ਸ਼ਾਮ ਨੂੰ ਮੁੜ ਆਨੇ ਦੁਬਈ ਕਿੱਥੇ ਚੱਲ ਜਾਓਗੇ ਸ਼ੂਟ ਕਰਨ ਦੁਬਈ ਸ਼ੂਟ ਕਰਨ ਜਾ ਰਹੇ ਹਾਂ ਅਸੀਂ ਦੁਬਈ ਜਾ ਰਹੇ ਹਾਂ ਕਿਤੇ ਜਾਣਾ ਹੋਵੇ ਨਾ ਮੋਰਨੀ ਹਿਲਸ ਜਾਂ ਕਿਤੇ ਵੀ ਜਾਣਾ ਹੋਵੇ ਸ਼ਾਮ ਨੂੰ ਘਰੇ ਆਉਣਾ ਪੈਂਦਾ ਇਹਨਾਂ ਨੂੰ ਬੰਦ ਛੋਲੇ ਖਾ ਕੇ ਤੇ ਬ੍ਰੈਡ ਖਾ ਕੇ ਮੋਮੋ ਖਾ ਕੇ ਚੱਲੋ ਸੋਲੋ ਜੀ ਬੰਦਾ ਨਰਵਸ ਹੋਇਆ ਹਾਂ ਚਲੋ ਕਰੋ ਸਟਾਰਟ ਫਿਰ
ਫੁੱਟ ਦੇ ਹੀ ਹੁੰਦਾ ਐ ਸਨਿਪ ਗੋਰੀਏ ਮੱਟੀ ਮੱਟੀ ਵਾਸ਼ਨਾ ਆਉਂਦੀ ਐ ਮਾਰਦੀ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਨੀ ਉੱਠਦੇ ਹੀ ਲਾਉਂਦਾ ਐ ਸਨਿਪ ਗੋਰੀਏ ਅੱਜ ਕੱਲ ਨਾ ਟ੍ਰੈਂਡ ਹੀ ਸਾਲਾ ਸੱਚੀ ਜੈਨੂਨ ਵੇਚਾ ਹੋਇਆ ਪਰ ਨਸ਼ਿਆਂ ਦਾ ਯੇ ਵੋ ਗਾਣੇ ਚੱਲਦੇ ਚੱਲ ਠੀਕ ਹੈ ਪਰ ਕਿਸੇ ਨੂੰ ਆਖਦੇ ਨਾ ਬਾਈ ਤੂੰ ਫੀਮ ਖਾਂਦਾ ਨਹੀਂ ਮੈਨੂੰ ਤੂੰ ਫੀਮ ਹੀ ਨਹੀਂ ਖਾਂਦਾ ਯਾਰ ਲੈ ਕਮਾਲ ਹੋ ਗਈ ਉਹਨੂੰ ਨਹੀਂ ਆਖਦਾ ਵੀ ਮੈਂ ਗਲਤ ਥਾਂ 'ਤੇ ਲੱਗਿਆ ਮੈਨੂੰ ਵੀ ਹਟਾਓ ਯਾਰ ਇਹ ਵੇਖੀ ਸੀ ਵੀਡੀਓ ਕਈ ਦਿਨ ਦੱਸ ਤੂੰ ਨਸ਼ੇੜੀ ਕੋਲ ਕੀ ਹੈ ਕੁਛ ਨਹੀਂ ਜੂੰਡਿਆਂ ਤੋਂ ਸਵਾ ਤੇਰੇ ਕੋਲ ਹੋਊਗਾ ਪੀਸ ਵਾਸ਼ਨਾ ਆਉਂਦੀ ਹੈ ਮਾਲ ਦੀ ਯੁੱਟ ਦੇਹੀ ਲਾਉਂਦਾ ਇਸ ਨੇ ਕੁੜੀਏ ਇਹ ਮੱਟੀ ਮੱਟੀ ਵਾਸ਼ਨਾ ਆਉਂਦੀ ਹੈ ਮਾਲ ਪਤਾ ਹੋਊਗਾ ਕੀ ਹੈ ਕਿੱਥੋਂ ਪਤਾ ਹੋਊਗਾ ਯਾਰ ਕੀ ਹੈ ਦੱਸ ਬੱਚੇ ਨਾ ਇੱਕ ਨਾ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਦੱਸ ਤੂੰ ਨਸ਼ੇੜੀ ਕੋਲੋਂ ਕੀ ਭਾਲਦੀ ਦੱਸ ਤੂੰ ਕਦੇ ਸਟੀਲ ਵਾਲੇ ਭਾਂਡੇ ਅੱਛਾ ਆਂਟੀ ਆ ਗਏ ਆਂਟੀ ਪ੍ਰਾਂਤ ਦੇ ਸਿਰ 'ਚ ਮਾਰਾ ਦੋਨਾਂ ਦੇ ਮੈਂ ਲਹੂ ਪੀਤਾ ਹੋਇਆ ਇਹਨਾਂ ਨੇ ਦੱਸ ਚਾਹੀਦਾ ਗਾਲੋ ਕੋਈ ਵਧੀਆ ਗਾਣਾ ਬਥੇਰੇ ਗਾਣੇ ਆਉਂਦੇ ਆ ਆਵਾਜ਼ ਵੀ ਹੁੰਦੀ ਆ ਪਾਂਡੇ ਸਟੀਲ ਵਾਲੇ ਨੋਰਮਲ ਕੀਤਾ ਹੁਣ ਮੈਂ ਰੀਸਾਂ ਨਹੀਂ ਲਾਉਂਦਾ ਪਿਆ ਨਸ਼ੇੜੀ ਕੋਲੋਂ ਕੀ ਭਾਲਦੀ ਬਸ ਤਾੜੀਆਂ ਮਾਰ ਦੇ ਆਪੇ ਤਾੜੀਆਂ ਮਾਰ ਜਾਂਦੇ ਆ ਇਹ ਤੱਕ ਮਹਿਫਿਲ ਲੱਗੀ ਹੋਈ ਹੈ ਤੇ ਮਾਨੀ ਸਾਨੂੰ ਸੌਂਗ ਸੁਣਾਏਗੀ ਉਹ ਵੇਖ ਲਓ ਨਾਲ ਵਾਲਾ ਉਹ ਹੀ ਬੋਰ ਹੋ ਜਾਂਦਾ ਨਹੀਂ ਨਹੀਂ ਹੁਣ ਇਹ ਕਹਿ ਰਹੀ ਮਈਆ ਸ਼ੋਅ ਦਾ ਗਾਣਾ ਹੈ ਚਲੋ ਚਲੋ ਉਹ ਪਿੱਛੋਂ ਬੈਕਗ੍ਰਾਉਂਡ 뮤직 ਦੇਣਗੇ ਚਲੋ ਚਲੋ ਦੀਦੀ ਬੋਲੋ ਥੋੜਾ ਜਿਹਾ ਚੱਲ ਸ਼ੁਰੂ ਕਰ ਚਲੋ ਦੀਦੀ ਮਈਆ ਸ਼ੋਅ ਦਾ ਬੋਲਦੇ ਪਏ ਚਲੋ ਤੁਸੀਂ ਹੋਲੀ ਤੁਸੀਂ ਹੋਲੀ ਹੱਥ ਵੇਖ ਰੱਖ ਕੇ ਬੈਠਾ ਉਹਦੇ ਮੋਢੇ ਤੇ ਵੀ ਚੱਲ ਨਾ ਜਾਵੇ ਕਿਤੇ ਇਹ ਹੋਰ ਕੋਈ ਡਾਂਸ ਡੂੰਸ ਵੀ ਕਰੋਗੇ ਕਿ ਨਹੀਂ ਕਰਦੇ ਕਿ ਬਸ ਕੱਲ ਗਏ ਪਤੀਲੇ ਬਾਅਦ ਸਾਫ਼ ਕਰਿਓ ਪਹਿਲਾਂ ਨਾ ਚਲੋ ਮਾਤਾ ਜੀ ਮੁੰਡੇ ਨਹੀਂ ਜਦੋਂ ਮੁੰਡੇ ਕਹਿੰਦੇ ਨੋਟ ਕਰੋ ਤੁਹਾਨੂੰ ਜੈਮੈਂਟ ਚੱਲ ਰਹੀ ਹੈ ਪੂਰੀ ਸ਼ੁਕਰ ਤੂੰ ਆਇਆ ਮੈਨੂੰ ਲੱਗਿਆ ਬਿਜ਼ੀ ਹੋਏਗਾ ਐਡੀਟਿੰਗ 'ਚ ਮੰਮੀ ਵਾਲੇ ਵੇਖ ਲਾ ਭਰਾਵਾ ਬੈਠੇ ਸੀ ਤੇ ਕੱਪੜੇ ਬਾਹਰ ਗਿੱਲੇ ਹੋ ਗਏ ਉਹ ਕਿਉਂ ਕਿਉਂਕਿ ਇੱਕਦਮ ਹੀ ਵੇਖਿਆ ਤੇ ਬਾਹਰ ਤੇ ਬਾਰਿਸ਼ਾਂ ਨੇ ਪੂਰੇ ਨੇਰ ਬੰਨੇ ਪਏ ਵੇਖੋ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਪਤਾ ਹੀ ਨਹੀਂ ਇੱਕਦਮ ਉਹਨੇ ਤੁਹਾਨੂੰ ਪੁੱਛ ਕੇ ਆਉਣਾ ਸੀ ਉਹ ਆਪ ਆਖਦੀ ਤੁਸੀਂ ਨੱਚੀ ਜਾਂਦੇ ਬਾਰਿਸ਼ ਨੂੰ ਤੁਹਾਨੂੰ ਪੁੱਛ ਕੇ ਆਵੇ ਮੌਸਮ ਵੀ ਅੜੀ ਤੁਸੀਂ ਵੀ ਮਾਹੌਲ ਬਦਲ ਦਿੰਦੇ ਹੋ ਬਾਰਿਸ਼ ਨੇ ਵੀ ਮਾਹੌਲ ਬਦਲ ਲਿਆ ਉਹਦਾ ਬਸ ਕੱਪੜੇ ਸਾਰੇ ਗਿੱਲੇ ਹੋ ਗਏ ਬਹੁਤ ਤੇਜ਼ ਬਾਰਿਸ਼ ਕਾ ਦੂਗੀ ਕੋਈ ਨਾ ਚਲੋ ਚਲੋ ਇਹ ਤੁਹਾਨੂੰ ਪੈਣਾ ਹੁਣ ਹੋਰ ਠੰਡ ਚਲੋ ਮਿਲਦੇ ਹਾਂ ਫਿਰ ਬਸ ਹੋਰ ਹੀ ਕਰੀ ਜਾਂਦਾ ਸੀਗਾ ਸੋ ਇਹ ਸੀ ਬਾਕੀ ਹੁਣ ਮਯੰਕ ਵਲੋਗ ਹੀ ਨਹੀਂ ਪਾਉਂਦਾ ਕਿਆ ਕੀ ਚੱਕਰ ਆ ਗੁੱਸਾ ਕਰ ਗਿਆ ਲੱਗਦਾ ਦੋਸਤ ਕਿੱਥੇ ਆ ਕਮੈਂਟ ਪੜੀਏ ਗੁੱਸਾ ਕਰ ਗਿਆ ਲੱਗਦਾ ਯਾਰ ਸੋ ਮੱਚ ਗੁੱਸਾ ਕਰ ਗਿਆ ਸੋ ਝੂਠ ਸੋ ਐਲੀਗੈਂਟ ਸੋ ਝੂਠ ਸੋ ਗੱਪ ਸੋ ਨਕਲੀ ਐਕਟਿੰਗ ਇਹ ਤਾਂ ਬਹੁਤ ਬੋਰਿੰਗ ਵਲੋਗ ਬਣਾਉਂਦਾ ਇੱਦੋਂ ਤਾਂ ਬਾਵਾ ਤਾਂ ਫਿਰ ਵੀ ਗੱਪ ਛੱਡ ਦਿੰਦਾ ਦੁਬਈ ਜਾ ਰਹੇ ਹਾਂ ਸ਼ੂਟ ਕਰਨ ਪਾਸਪੋਰਟ ਬਣਿਆ ਸਾਰਿਆਂ ਦੇ ਉਹ ਵੀ ਜੀ ਗੱਲ ਬਣੀ ਹੋਣਗੇ ਪਾਸਪੋਰਟ ਤਾਂ ਹੈ ਨਾ ਸੋ ਆਓ ਕਮੈਂਟ ਪੜ੍ਹ ਲਈਏ ਯਾਰ ਵੀਰਾ ਮੈਂ ਰੋਜ਼ ਤੁਹਾਡਾ ਰੋਮਾਂਚਿਕ ਪ੍ਰੋਗਰਾਮ ਦੇਖਦੀ ਹਾਂ ਵੀਰਾ ਲਾਈਫ ਬਹੁਤ ਬਿਜ਼ੀ ਚੱਲ ਰਹੀ ਹੈ ਇਸ ਕਰਕੇ ਮੈਂ ਬਹੁਤ ਥੱਕ ਜਾਂਦੀ ਹਾਂ ਅੱਛਾ ਸਾਰੀ ਦੁਨੀਆ ਥੱਕੀ ਪਈ ਹੈ ਜਿਹੜੇ ਵਿਹਲੇ ਬੈਠੇ ਬੈਠ ਤੇ ਰੀਲਾਂ ਵੇਖਦੇ ਉਹ ਵੀ ਥੱਕ ਜਾਂਦੇ ਆ ਕਾਮਯਾਬ ਕੌਣ ਹੋਈ ਨਾ ਦੁਨੀਆ 'ਚ ਕਿਹੜਾ ਜਿਹੜਾ ਨਹੀਂ ਥੱਕੀ ਜਾਂਦਾ ਪੇਪਰ ਦੀ ਤਿਆਰੀ ਕਰਨੀ ਹੁੰਦੀ ਆ ਪਰ ਤੁਹਾਡਾ ਰੋਮਾਂਚਿਕ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਦਾ ਮਾਇੰਡ ਵੀ ਫਰੈਸ਼ ਹੋ ਜਾਂਦਾ ਵੀਰਾ ਤੁਹਾਡਾ ਰੋਮਾਂਚਿਕ ਪ੍ਰੋਗਰਾਮ ਦੇਖਣ ਲਈ ਸਪੈਸ਼ਲ ਯੂਟਿਊਬ ਨੋਟੀਫਿਕੇਸ਼ਨ ਔਨ ਕਰ ਰੱਖੀ ਗੁੱਡ ਬਲੈਸ ਯੂ ਥੈਂਕ ਯੂ ਤੁਹਾਨੂੰ ਵੀ ਹਮੇਸ਼ਾ ਕੁਛ ਸ਼ੁਕਰੀਆ ਭੈਣੇ ਬਹੁਤ ਬਹੁਤ ਪੇਪਰ ਵਧੀਆ ਵਧੀਆ ਹੋਵੇ ਆ ਹੈਲੋ ਵੀਰੇ ਜਸਟ ਵਾਂਟਡ ਟੂ ਲੈਟ ਯੂ ਨੋ ਪੰਜਾਬੀ ਲਿਖਿਆ ਕਰੋ ਯਾਰ ਜਸਟ ਵਾਂਟਡ ਟੂ ਲੈਟ ਯੂ ਨੋ ਕਿ ਤੁਹਾਡੇ ਰੋਸਟ ਐਂਡ ਰੋਮਾਂਚਿਕ ਬਾਰੇ ਵਧੀਆ ਨੇ ਲਾਈਕ ਮੈਂ ਬਿਮਾਰ ਸੀ 2 ਦਿਨ ਤੋਂ ਮੈਂ ਸਾਰਾ ਦਿਨ ਘਰ ਸੀ ਮੈਂ ਸੁਬਾਹ ਤੋਂ ਲੈ ਕੇ ਰਾਤ ਤੱਕ ਤੁਹਾਡੇ ਹੀ ਦੇਖੀ ਗਈ ਵੀਡੀਓ ਸਾਰੀਆਂ ਮੈਂ ਇੰਨੀ ਪੇਨ ਸੀ
ਮੈਂ ਰੋ ਰਹੀ ਸੀ ਬਟ ਨਾਲ ਨਾਲ ਤੁਹਾਡੇ ਵੀਡੀਓਜ਼ ਦੇਖ ਕੇ ਹੱਸ ਵੀ ਰਹੀ ਸੀ। ਵਿੱਚ ਮੀਂਹ ਹੈ, ਵਿੱਚ ਧੁੱਪ ਹੈ, ਲਾਈਕ ਸੀਰੀਅਸਲੀ ਮੈਨੂੰ ਪਤਾ ਨਹੀਂ ਮੇਰਾ ਕੀ ਹਾਲ ਸੀ ਐਂਡ ਜਿੰਨਾ ਸੈੱਟ ਹੋਇਆ ਤੁਹਾਡੀਆਂ ਵੀਡੀਓਜ਼ ਨਾਲ ਸੈੱਟ ਹੋਇਆ। ਸ਼ੁਕਰੀਆ ਭੈਣੇ, ਬਹੁਤ ਬਹੁਤ ਗੋਡ ਬਲੈਸ ਯੂ, ਜਲਦੀ ਠੀਕ ਹੋ ਜਾਓ, ਕੋਈ ਚੱਕਰ ਨਹੀਂ। ਸੋ ਵਧੀਆ ਗੱਲ ਹੈ। ਬਾਕੀ ਕਈ ਇੱਕ ਨਾ ਮੈਂ ਕਿਸੇ ਨੇ ਲਿਖਿਆ ਸੀਗਾ ਰੋਮੈਂਸ ਪ੍ਰੋਬਲਮ, ਉਹ ਮੈਨੂੰ ਆਇਆ ਫਿਰ ਵੀਰੇ ਤੁਸੀਂ ਤਾਂ ਬੇਇੱਜ਼ਤੀ ਕਰਦੇ ਨੇ। ਨਹੀਂ ਯਾਰ, ਰੋਮਾਂਚਿਕ ਜਿਵੇਂ ਇਹਨਾਂ ਦੇ ਚੱਲਦੇ ਹੋਵੇ ਤੁਹਾਡਾ ਚੱਲ ਪੈਂਦਾ, ਕੋਈ ਚੱਕਰ ਨਹੀਂ। ਸੋ ਓਕੇ ਜੀ ਬਾਏ, ਮਿਲਦੇ ਫਿਰ ਗੱਲਾਂ ਬਾਤਾਂ ਦੇ ਰੋਮਾਂਚਿਕ ਫੋਨ ਡੇਕ ਪੇ ਥੱਲੇ ਮਿਆਂਕੀ ਹਮਾਨੀ ਸੀਰੀਜ਼ ਦੇ ਵਾਚ ਪਾ ਦੇ ਮਾਨੀ ਵਲੋਗ। ਕਿਉਂ ਹੁਣ ਸ਼ੱਕ ਕਰਾਈ ਜਾਂਦੀ ਹੈ ਬਾਏ, ਕਿ ਵਾਲਾਂ ਦੇ ਸਟੇਟ ਕਰਾਏ ਸੀ, ਵਿੰਗ ਪੈ ਗਿਆ। ਸਬਸਕ੍ਰਾਈਬ ਕਰਦੇ ਚੈਨਲ ਤੇ, ਇੰਸਟਾਗ੍ਰਾਮ ਦੇ ਸਨੈਪਚੈਟ ਹੋਊਗਾ ਉੱਥੇ ਐਡ ਕਰ ਲਿਓ, ਜਿਹੜੇ ਕਹਿੰਦੇ ਸੀ ਰੋਮਾਂਚਿਕ ਪ੍ਰੋਗਰਾਮ ਵੱਡਾ ਨਹੀਂ ਲਓ ਕਰੋ ਇੰਜੋਏ, ਕਰ ਲਿਆ ਇੰਜੋਏ। ਸੱਚ ਫੋਨ ਚੱਕਾਂ ਟੁੱਟ ਗਿਆ, ਗਲੀਆਂ ਦੀ ਨੌਲੇਜ ਬਥੇਰੀ, ਜੱਟ ਨੂੰ ਨਹੀਂ ਹਾਲੇ ਲਿਖਦਾ ਨਹੀਂ ਗਾਣੇ ਮੈਂ ਕਿਤਾਬਾਂ ਪੜ੍ਹ